ਮਾਨਕ ਭਗਤ ਵਰਾਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦੋ ਬੰਦੋ ਕਰਿਆ ਨਰਾਗੋ ਏਕੰਕਾਰਾ ਸਤਿ ਗੁਰੂ ਤੇ ਪ੍ਰਸਾਦ ਸਚ ਹੋਏ ਵਾਹ ਗੁਰੂ ਜੀ ਕੀ ਫਤਿਹ ਵੇਗਾ ਨਾ ਵਨਾਸਨ ਸੋਏ ਸ੍ਰੀ ਵਾਹ ਗੁਰੂ ਜੀ ਕੀ ਫਤਿਹ ਵੇਗਾ ਨਾ ਵਨਾਸਨ ਸੋਏ ਸੋਬਦਾਰ ਤਦ ਕਹਿਓ ਪ੍ਰਸੰਗ ਜਿਵੇਂ ਗੁਰ ਭਨਿਓ ਕਬੀ ਕੈ ਸੰਗ ਤੰਨਾ ਸਿੰਘ ਸੁਜਾਨ ਸਭ ਜਾਣੀ ਸਫਲ ਕਰੀ ਚਾਹੇ ਗੁਰਵਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋਗੋ ਜੋਗ ਅਟਲ ਚਾਵਰ ਤਖਤ ਸੰਗਾਸਨ ਦੇ ਮਾਲਕ ਗਰੀਬ ਨਿਵਾਜ਼ ਮਹ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ ਮਹ ਗੁਰੂ oven ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ ਹਾਂ ਸਤਗੁਰਾਂ ਦੇ ਕੋਲ ਇੱਕ ਕਵੀ ਚੱਲ ਕੇ ਆਇਆ ਜਿਹੜਾ ਕਿ ਬਹੁਤ ਵੱਡਾ ਵਿਦਵਾਨ ਹੈ ਸਤਗੁਰਾਂ ਨੂੰ ਆ ਕੇ ਕਹਿਣ ਲੱਗਾ ਮਹਾਰਾਜ ਸਾਹਿਬ ਜੀ ਤੁਹਾਡੇ ਦਰਬਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਦਵਾਨ ਹੈ ਜਿਹੜਾ ਮੇਰੀ ਰਚੀ ਹੋਈ ਕਵਿਤਾ ਦੇ ਅਰਥ ਕਰਕੇ ਸੁਣਾਵੇ ਗਰੀਬ ਨਵਾਜ਼ ਸਤਿਗੁਰੂ ਕਹਿਣ ਲੱਗੇ ਕਵੀ ਜੀ ਪਹਿਲਾਂ ਕਵਿਤਾ ਸੁਣਾਓ ਇਸਨੇ ਕਵਿਤਾ ਸੁਣਾਈ ਹੈ ਮਹਾਰਾਜ ਸਾਹਿਬ ਜੀ ਆਂ ਦੇ ਦਰਬਾਰ ਦੇ ਵਿੱਚ ਕਵਤਾ ਦੇ ਬੋਲ ਸਨ ਨਵ ਸਾਤ ਤੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ ਇਸ ਤਰ੍ਹਾਂ ਦੇ ਬਚਨ ਸੁਣਾ ਕੇ ਕਹਿਣ ਲੱਗਾ ਵੀ ਇਹ ਮੇਰੀ ਕਵਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਵਤਾ ਸੁਣ ਕੇ ਮਹਾਰਾਜ ਹੱਸ ਪੈ ਕਹਿਣ ਲੱਗੇ ਕਵੀ ਜੀ ਐਸੀ ਕਵਤਾ ਦੇ ਅਰਥ ਤੇ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਰ ਜਾਂਦਾ ਹੈ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਸ ਕਵੀ ਚੰਦਨ ਨੇ ਮਾਨ ਦੇ ਵਿੱਚ ਆ ਕੇ ਆਖਿਆ ਕਹਿਣ ਲੱਗਾ ਸਤਿਗੁਰੂ ਫਿਰ ਮਗਾਓ ਕੋਈ ਆਪਣਾ ਘਾਈ ਤੇ ਮੈਨੂੰ ਇਸ ਕਵਤਾ ਦੇ ਅਰਥ ਕਰਕੇ ਸੁਣਾਓ ਗਰੀਬ ਨਿਵਾਜ ਸਤਿਗੁਰੂ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰ ਜਸ ਦਾ ਛਤਰ ਦੇਣ ਵਾਸਤੇ ਮਹਾਰਾਜ ਨੇ ਪਹਿਰੇਦਾਰ ਸਿੱਖ ਨੂੰ ਆਖਿਆ ਕਹਿਣ ਲਗੇ ਸਾਡੇ ਘੋੜਿਆਂ ਨੂੰ ਘਾ ਪਾਉਣ ਵਾਲਾ ਭਾਈ ਧੰਨਾ ਸਿੰਘ ਜਾ ਉਸ ਨੂੰ ਬੁਲਾ ਕੇ ਲਿਆਓ ਸੇਵਾਦਾਰ ਉਸ ਵੇਲੇ ਦੌੜ ਕੇ ਭਾਈ ਧੰਨਾ ਸਿੰਘ ਨੂੰ ਜਾ ਕੇ ਦੱਸਿਆ ਵੀ ਸਤਗੁਰਾਂ ਨੇ ਬੁਲਾਇਆ ਹੈ ਇਤਿਹਾਸ ਪ੍ਰਸੰਗ ਆਪਾਂ ਪਿਛੇ ਸਰਵਨ ਕਰਿਆ ਹੈ ਹਾਂ ਆਓ ਮੰਨ ਦੇ ਧਿਆਨ ਨੂੰ ਟਿਕਾਈਏ ਅਗਲਾ ਪ੍ਰਸੰਗ ਸਰਵਨ ਕਰੀਏ ਮਿਲ ਕੇ ਆਖੀਏ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੋਬਦਾਰ ਤਬ ਕਹੋ ਪ੍ਰਸੰਗ ਉਸ ਵੇਲੇ ਭਾਈ ਧੰਨਾ ਸਿੰਘ ਨੂੰ ਜਦੋਂ ਪੁੱਛਿਆ ਭਾਈ ਧੰਨਾ ਸਿੰਘ ਨੇ ਉਸ ਵੇਲੇ ਚੋਬਜ਼ਾਰ ਨੂੰ ਪੁੱਛਿਆ ਵੀ ਸਿੰਘਾ ਤੂੰ ਲੈਣ ਵਾਸਤੇ ਆਇਆ ਕਾਰਨ ਕੀ ਹੈ ਵੀ ਉਥੇ ਕੀ ਮਾਹੌਲ ਹੈ ਦਰਬਾਰ ਦਾ ਜਾਂ ਸਤਿਗੁਰਾਂ ਨੇ ਕਿਉਂ ਯਾਦ ਕੀਤਾ ਹੈ ਤੇ ਪਹਿਰੇਦਾਰ ਸਿੱਖ ਨੇ ਦੱਸ ਦਿੱਤੀ ਸਾਰੀ ਗੱਲ ਵੀ ਉਥੇ ਇੱਕ ਕਵੀ ਆਇਆ ਤੇ ਉਹ ਕਵਤਾ ਬੜੀ ਆਪਣੀ ਔਖੀ ਲੈ ਕੇ ਆਇਆ ਤੇਰੇ ਕੋਲੋਂ ਕਵਤਾ ਦੇ ਅਰਥ ਕਰਵਾਉਣੇ ਨੇ ਤਾਂ ਮਹਾਰਾਜ ਨੇ ਬੁਲਾਇਆ ਹੈ ਇਹ ਸੇਵਾਦਾਰ ਜਿਹੜਾ ਲੈਣ ਵਾਸਤੇ ਗਿਆ ਹੈ ਉਸਨੇ ਭਾਈ ਧੰਨਾ ਸਿੰਘ ਨੂੰ ਦੱਸਿਆ ਹੈ ਜੰਗੁਰ ਭਨਿਓ ਕਵੀ ਕੇ ਸੰਗ ਜਿਵੇਂ ਸਤਿਗੁਰਾਂ ਦੇ ਨਾਲ ਕਵੀ ਦੇ ਬਚਨ ਹੋਏ ਔਰ ਕਵੀ ਦੇ ਨਾਲ ਸਤਿਗੁਰਾਂ ਦੇ ਬਚਨ ਹੋਏ ਆਪਸ ਵਿੱਚ ਬਚਨ ਬਲਾਸ ਉਹ ਸਾਰੀ ਗੱਲਬਾਤ ਇਹ ਸੇਵਾਦਾਰ ਜੋ ਲੈਣ ਵਾਸਤੇ ਗਿਆ ਹੈ ਭਾਈ ਧੰਨਾ ਸਿੰਘ ਨੂੰ ਦੱਸਿਆ ਹੈ ਧੰਨਾ ਸਿੰਘ ਸੁਜਾਨ ਸਭ ਜਾਣੀ ਹੁਣ ਭਾਈ ਧੰਨਾ ਸਿੰਘ ਬੜੇ ਸਿਆਣੇ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਸੇਵਾਦਾਰ ਨੇ ਉਹਨਾਂ ਨੇ ਸਭ ਕੁਝ ਜਾਣ ਲਿਆ ਵੀ ਕਹਾਣੀ ਕੀ ਹੈ ਭਾਈ ਧੰਨਾ ਸਿੰਘ ਜਾਣ ਗਿਆ ਵੀ ਕਵੀ ਦਾ ਮਾਣ ਤੋੜਨਾ ਮਹਾਰਾਜ ਨੇ ਤਾਂ ਮੈਨੂੰ ਯਾਦ ਕੀਤਾ ਹੈ ਭਾਈ ਧੰਨਾ ਸਿੰਘ ਜੀ ਇਹ ਗੱਲ ਜਾਣ ਕੇ ਸਫਲ ਕਰੀ ਚਾਹੇ ਗੁਰਬਾਣੀ ਕਿ ਸਤਿਗੁਰੂ ਜੀ ਆਪਣੇ ਵਸਤਰ ਜਿਹੜੇ ਆਪਣੇ ਬਚਨ ਜਿਹੜੇ ਨੇ ਉਹ ਸਫਲੇ ਕਰਨੇ ਚਾਹੁੰਦੇ ਨੇ ਤੇ ਮੈਨੂੰ ਮਹਾਰਾਜ ਨਵਜਣਾ ਚਾਹੁੰਦੇ ਵਡਿਆਈ ਦੇਣੀ ਚਾਹੁੰਦੇ ਔਰ ਕਰਨਾ ਤੇ ਮਹਾਰਾਜ ਨੇ ਸਭ ਕੁਝ ਆਪੇ ਹੀ ਹੈ ਜਿਹੜਾ ਮੁਖੋਂ ਬਚਨ ਜੂ ਨਿਕਲਿਆ ਵੀ ਇਹ ਤੇ ਘੋੜਿਆਂ ਨੂੰ ਘਾ ਪਾਉਣ ਵਾਲੇ ਅਰਥ ਕਰਦੇ ਤੇ ਮਾਇਆ ਘੋੜਿਆ ਨੂੰ ਘਾ ਪਾਉਣ ਵਾਲਾ ਅਰਥ ਭਾਵੇਂ ਮੈਨੂੰ ਆਉਂਦੇ ਤੇ ਭਾਵੇਂ ਨਹੀਂ ਆਉਂਦੇ ਪਰ ਇਹ ਅਰਥ ਮੇਰੇ ਤੋਂ ਗੁਰੂ ਪਾਤਸ਼ਾਹ ਨੇ ਕਰਵਾ ਲੈਣੇ ਨੇ ਉਹਨਾਂ ਦੇ ਮੁਖ ਦਾ ਵਚਨ ਖਾਲੀ ਨਹੀਂ ਜਾਣਾ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣ ਕੇ ਬਹੁਤ ਮੋਲ ਕੇ ਬਸਤਰ ਉਤਾਰੇ ਭਾਈ ਧੰਨਾ ਸਿੰਘ ਜੇ ਨਾ ਬੜੇ ਸੋਹਣੇ ਗਲ ਵਿੱਚ ਕੱਪੜੇ ਉਦੋਂ ਪਾਏ ਸਾਂ ਜਦੋਂ ਸਿਣਿਆ ਮਿਲਿਆ ਨਾ ਵੀ ਸਤਗੁਰਾਂ ਨੇ ਦਰਬਾਰ ਵਿੱਚ ਬੁਲਾਇਆ ਤੇ ਕਹਿਣ ਲੱਗੇ ਵੀ ਭਾਈ ਧੰਨਾ ਸਿੰਘ ਬੜੇ ਸੋਹਣੇ ਮਹਿੰਗੇ ਕੱਪੜੇ ਗਲ ਵਿੱਚ ਪਾਏ ਸਨ ਜਦੋਂ ਸਿੱਖ ਦਾ ਬਚਨ ਸੁਣਿਆ ਤੇ ਉਸ ਵੇਲੇ ਉਹ ਕੱਪੜੇ ਉਤਾਰ ਦਿੱਤੇ ਕਹਿਣ ਲੱਗਾ ਵੀ ਇਹ ਨਹੀਂ ਪਾ ਕੇ ਜਾਣੇ ਮਹਾਰਾਜ ਦੇ ਦਰਬਾਰ ਵਿੱਚ ਮਹਿੰਗੇ ਕੱਪੜੇ ਜਿਹੜੇ ਸੋਨੇ ਪਾਏ ਉਤਾਰ ਦਿੱਤੇ ਹਨ ਸਿਰਨ ਮੋਟ ਦੇਹ ਪਰ ਧਾਰੇ ਉਸ ਵੇਲੇ ਸੇਵਾਦਾਰਾਂ ਨੂੰ ਸਿੱਖਾਂ ਨੂੰ ਆਖਿਆ ਮੈਨੂੰ ਮੋਟੇ ਜਹ ਤੇ ਪੁਰਾਣੇ ਜਹ ਕੱਪੜੇ ਦਿਓ ਮੈਂ ਇਹ ਚੰਗੇ ਕੱਪੜੇ ਮਹਿੰਗੇ ਮੁੱਲ ਵਾਲੇ ਨਹੀਂ ਪੁਰਾਣੇ ਕੱਪੜੇ ਮੋਟੇ ਕੱਪੜੇ ਖਦਰ ਦੇ ਸਹੇਜੇ ਕਪੜੇ ਦਿਓ ਕਿ ਮੈਂ ਉਹ ਪਾ ਕੇ ਜਾਵਾਂ ਤੇ ਇਸ ਤਰ੍ਹਾਂ ਦੇ ਪੁਰਾਣੇ ਕਪੜੇ ਪਾ ਲਏ ਹਨ ਇੱਕ ਖੁਰਪਾ ਲੈ ਕਰ ਜੁੱਤ ਜਾਰੀ ਹੁਣ ਸਤਗੁਰਾਂ ਨੇ ਆਖਿਆ ਨਾ ਵੀ ਘਾਹ ਪਾਉਣ ਵਾਲਾ ਤੇ ਉਹਨੇ ਆਖਿਆ ਵੀ ਘਾਹ ਪਾਉਣ ਵਾਸਤੇ ਫਿਰ ਖੁਰਪਾ ਵੀ ਚਾਹੀਦਾ ਰੰਬਾ ਚਾਹੀਦਾ ਕਰੰਬਾਤ ਵਿੱਚ ਫੜ ਲਿਆ ਕਿ ਮਹਾਰਾਜ ਨੇ ਆਖਿਆ ਵੀ ਘਾਹ ਪਾਉਣ ਵਾਲੇ ਸੇਖ ਰਤ ਕਰਨਗੇ ਮੈਂ ਘਾਹ ਪਾਉਣ ਵਾਲਾ ਪਹਿਲਾਂ ਸਾਰਾ ਆਪਣਾ ਸਾਜੋ ਸਮਾਨ ਇਕੱਠਾ ਕਰਾਂ ਇੱਕ ਹੱਥ ਵਿੱਚ ਖੁਰਪਾ ਜਿਸ ਨੂੰ ਆਪਾਂ ਰੰਬਾ ਕਹਿ ਦੇਣ ਰੰਬਾ ਫੜਿਆ ਇੱਕ ਵੱਡੀ ਸਾਰੀ ਚਾਦਰ ਜਿਹਦੇ ਵਿੱਚ ਘਾਹ ਪਾ ਕੇ ਲਿਆਈ ਦਾ ਜਾਲੀਦਾਰ ਉਹ ਚਾਦਰ ਜਿਹਨੂੰ ਪੱਲੀ ਗਿਆ ਜਾਂਦਾ ਐ ਇਸ ਤਰ੍ਹਾਂ ਦੀ ਉਹ ਵੀ ਇੱਕ ਨਾਲ ਲੈ ਲਈ ਹੈ ਇਕੱਠੀ ਕਰ ਸਕੰਧ ਪਰ ਡਾਰੀ ਸਾਰਾ ਕੁਝ ਇਕੱਠਾ ਕਰਕੇ ਤੇ ਮੋਢੇ ਤੇ ਰੱਖ ਲਿਆ ਖੁਰਪਾ ਹੱਥ ਵਿੱਚ ਫੜ ਲਿਆ ਰੰਬਾ ਤੇ ਚਾਦਰ ਵੱਡੀ ਘਾਹ ਪਾਉਣ ਵਾਲੀ ਜਾਲੀਦਾਰ ਉਹ ਇਕੱਠੀ ਕਰਕੇ ਤੇ ਮੋਢੇ ਤੇ ਰੱਖ ਕੇ ਜਿਵੇਂ ਕੋਈ ਬੰਦਾ ਘਾਹ ਲੈਣ ਚੱਲਿਆ ਇਸ ਤਰ੍ਹਾਂ ਤਿਆਰ ਹੋ ਕੇ ਆਇਆ ਸਭ ਕਾਹੀ ਕੋ ਬੇਖ ਬਨਾਇਓ ਤੇ ਵੇਖਣ ਨੂੰ ਵੀ ਲੱਗਦਾ ਵਾਕਿਆ ਹੀ ਘਾਈ ਹੈ ਤੇ ਹੈ ਵੀ ਘਾਈ ਹੈ ਇਹ ਨਹੀਂ ਵੀ ਮਹਾਰਾਜ ਨੇ ਅੱਜ ਵਿਸ਼ੇਸ਼ ਸੱਦਿਆ ਤੇ ਮੈਂ ਅੱਜ ਪੂਰਾ ਬੰਨ ਠਣ ਕੇ ਜਾਵਾਂ ਨਹੀਂ ਮਹਾਰਾਜ ਨੇ ਜੇ ਘਾਈ ਨੂੰ ਬੁਲਾਇਆ ਤੇ ਮੈਂ ਘਾਈ ਹੀ ਬਣ ਕੇ ਜਾਵਾਂਗਾ ਇਸ ਤਰ੍ਹਾਂ ਦਾ ਘਾਈ ਬਣ ਕੇ ਆਇਆ ਹਾਂ ਸੰਤ ਬਹੀਨ ਸਭਾ ਮੈਂ ਆਇਆ ਗੁਰਮੁਖੋ ਸ਼ੰਕਾ ਕੋਈ ਨਹੀਂ ਹੈ ਮਨ ਵਿੱਚ ਇਹ ਨਹੀਂ ਕਿਤੇ ਮਨ ਵਿੱਚ ਆਇਆ ਵੀ ਪਤਾ ਨਹੀਂ ਮੈਂ ਕਵਤਾ ਦੇ ਅਰਥ ਕਰਾਂਗਾ ਕਿ ਨਹੀਂ ਕਰਾਂਗਾ ਇਹਦੇ ਗੱਲ ਹੋ ਹੀ ਨਹੀਂ ਸਕਦੀ ਵੀ ਨਹੀਂ ਕਰਾਂਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਇਹਨਾਂ ਕਵਤਾਂ ਦੇ ਅਰਥ ਤੇ ਸਾਡੇ ਕਵੀ ਕਰ ਲੈਂਦੇ ਜੇ ਗੁਰੂ ਪਾਤਸ਼ਾਹ ਨੇ ਇਹ ਗੱਲ ਕਹੀ ਹੈ ਇਹਦਾ ਮਤਲਬ ਹੈ ਵੀ ਅਰਥ ਤੇ ਹੋਏ ਹੀ ਸਮਝੋ ਕੋਈ ਸ਼ੰਕਾ ਨਹੀਂ ਕੋਈ ਮਨ ਵਿੱਚ ਭੈ ਨਹੀਂ ਹੈ ਗੁਰ ਪਦ ਪਦਮ ਕੀਨ ਤਵ ਨਮੋ ਸਤਗੁਰਾਂ ਦੇ ਸੁੰਦਰ ਚਰਣਾ ਦੇ ਉੱਪਰ ਭਾਈ ਧੰਨਾ ਸਿੰਘ ਨੇ ਆ ਕੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਮੱਥਾ ਟੇਕਿਆ ਉਚਿਤ ਥਾਨ ਬੈਠੇ ਉੱਥੇ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ ਆਪਣੇ ਕੋਲ ਹੀ ਬਿਠਾ ਲਿਆ ਕਹਿਣ ਲੱਗੇ ਧੰਨਾ ਸਿਆ ਸਾਡੇ ਕੋਲ ਹੀ ਬੈਠ ਤੇ ਭਾਈ ਧੰਨਾ ਸਿੰਘ ਨੂੰ ਬਾਕੀ ਸਿੰਘਾਂ ਨੇ ਥੋੜਾ ਥੋੜਾ ਥਾਂ ਦੇ ਕੇ ਤੇ ਆਪਣੇ ਕੋਲ ਬਿਠਾ ਲਿਆ ਹੈ। ਸ਼੍ਰੀ ਕਲਗੀਧਰ ਹੁਕਮ ਉਚਾਰਾ। ਉਸ ਵੇਲੇ ਭਾਈ ਧੰਨਾ ਸਿੰਘ ਨੇ ਹੱਥ ਜੋੜੇ ਮਹਾਰਾਜ ਹੁਕਮ ਕਰੋ ਆਪ ਜੀ ਨੇ ਕਿਵੇਂ ਯਾਦ ਕੀਤਾ ਦਾਸ ਨੂੰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਕੇ ਕਹਿਣ ਲੱਗੇ ਵੀ ਭਾਈ ਧੰਨਾ ਸਿਆ ਅਸੀਂ ਤੇਨਾਲ ਇੱਕ ਬਚਨ ਕਰਦੇ ਹਾ ਇਹ ਕਵ ਹੈ ਮਤਵਨ ਉਦਾਰਾ ਉਹ ਜਿਹੜਾ ਕਵੀ ਚੰਦਨ ਸੀ ਨਾ ਕੋਲ ਹੀ ਬੈਠਾ ਹੈ ਮਹਾਰਾਜ ਨੇ ਹੱਥ ਦਾ ਇਸ਼ਾਰਾ ਕੀਤਾ ਕਹਿਣ ਲੱਗੇ ਵੀ ਆਹ ਜਿਹੜਾ ਕਵੀ ਬੈਠਾ ਹੈ ਨਾ ਚੰਦਨ ਇਹ ਬੜਾ ਹੀ ਸਿਆਣਾ ਹੈ ਬਹੁਤ ਵਿਦਵਾਨ ਹੈ ਬੜੀ ਇਹਦੇ ਕੋਲ ਵਿਦਿਆ ਹੈ ਬੜਾ ਇਹ ਚਾਤਰੋ ਚਲਾਕ ਹੈ ਤੇ ਵਿਦਿਆ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਹੈ ਰਚ ਕਰ ਆਨਿਓ ਇੱਕ ਸਵਈਆ ਤੇ ਮਹਾਰਾਜ ਕਹਿਣ ਲੱਗੇ ਵੀ ਭਾਈ ਧੰਨਾ ਸਿਆ ਨੇ ਇੱਕ ਸਵਈਆ ਰਚਿਆ ਕਵਤਾ ਇਹਨੇ ਬਣਾਈ ਹੈ ਤੇ ਇਹਦਾ ਕਹਿਣ ਤੋਂ ਭਾਵ ਇਹ ਹੈ ਵੀ ਕਵਤਾ ਇਹਦੀ ਬੜੀ ਔਖੀ ਹੈ ਇਹਦੀ ਕਵਤਾ ਦੇ ਕੋਈ ਅਰਥ ਕਰ ਨਹੀਂ ਸਕਦਾ ਇਸ ਤਰ੍ਹਾਂ ਦਾ ਇਹ ਇੱਕ ਸਵਈਆ ਉਚਾਰ ਕੇ ਕਵਤਾ ਬਣਾ ਕੇ ਲੈ ਕੇ ਆਇਆ ਹੈ ਅਰਥ ਵਿਚਾਰੋ ਦੇਹੋ ਸੁਨਈਆ ਅਤੇ ਤੁਸੀਂ ਇਸ ਕਵਤਾ ਦੇ ਅਰਥ ਕਰਕੇ ਦੇ ਸੁਣਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਚੰਦਨ ਕਵੀ ਤੁਹਾਡੇ ਕੋਲ ਬੈਠਾ ਹੈ ਬੜੀ ਔਖੀ ਕਵਤਾ ਲਿਖ ਕੇ ਲੈ ਕੇ ਆਇਆ ਇਹ ਕਹਿੰਦਾ ਵੀ ਮੇਰੀ ਕਵਤਾ ਦੇ ਅਰਥ ਕੋਈ ਕਰ ਨਹੀਂ ਸਕਦਾ ਅਸੀਂ ਤੈਨੂੰ ਤਾਂ ਬੁਲਾਇਆ ਵੀ ਤੂੰ ਇਸ ਕਵਤਾ ਦੇ ਅਰਥ ਕਰਕੇ ਤੇ ਸਾਰਿਆਂ ਨੂੰ ਸੁਣਾਉਣਾ ਕਰ ਸੁਣ ਧੰਨਾ ਸਿੰਘ ਅਰਥ ਬਖਾਨਾ ਉਸ ਵੇਲੇ ਭਾਈ ਧੰਨਾ ਸਿੰਘ ਨੇ ਸੁਣਿਆ ਬਚਨ ਤੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਤੁਹਾਡਾ ਹੁਕਮ ਹੋਵੇ ਤੇ ਪਾਦਸ਼ਾਹ ਕੀ ਨਹੀਂ ਹੋ ਸਕਦਾ ਤੁਹਾਡੇ ਹੁਕਮ ਦੇ ਨਾਲ ਤੇ ਮੈਂ ਜਾ ਕੇ ਸਵਰਗਾਂ ਦੇ ਰਾਜੇ ਇੰਦਰ ਨੂੰ ਹੱਥ ਪਾਲਵਾਂ ਕਵਤਾ ਮਹਾਰਾਜ ਕੀ ਚੀਜ਼ ਹੈ ਤੁਹਾਡਾ ਹੁਕਮ ਹੋਣਾ ਚਾਹੀਦਾ ਥਾਪੜਾ ਤੁਹਾਡਾ ਹੋਵੇ ਤੇ ਪਾਦਸ਼ਾਹ ਸਭ ਕੁਝ ਹੋ ਸਕਦਾ ਹੈ ਮਹਾਰਾਜ ਦੀ ਆਗਿਆ ਲੈ ਕੇ ਭਾਈ ਧੰਨਾ ਸਿੰਘ ਕਹਿਣ ਲੱਗੇ ਉਹ ਚੰਦਨ ਕਵੀ ਨੂੰ ਵੀ ਲਿਆਓ ਕਵੀ ਜੀ ਕਵਤਾ ਸੁਣਾਓ ਵੀ ਕਿਹੜੀ ਕਵਤਾ ਹੈ ਤੇ ਚੰਦਨ ਕਵੀ ਨੇ ਉਹ ਕਵਤਾ ਜਿਹੜੀ ਸੁਨਾ ਦਿੱਤੀ ਹੈ। ਅਖੋੜਸ ਬਰਖਨ ਬਹਿਬਾਨ ਉਸ ਵੇਲੇ ਭਾਈ ਇਹ ਜਿਹੜਾ ਧੰਨਾ ਸਿੰਘ ਹੈ ਨੇ ਅਰਥ ਕਰ ਦਿੱਤੇ ਕਹਿਣ ਲੱਗਾ ਮਹਾਰਾਜ ਇਹਦੇ ਮਮੂਲੀ ਜੀ ਕਵਤਾ ਲਿਖ ਕੇ ਲੈ ਆਇਆ ਮੈਂ ਸੋਚਿਆ ਵੀ ਪਤਾ ਨਹੀਂ ਕਿੰਨਾ ਕੁ ਗਿਆਨ ਤੇ ਕਿੰਨੀ ਕੁ ਡੰਗਿਆਈ ਹੈ। ਇਸ ਨੇ ਬਚਨ ਕੀਤਾ ਹੈ ਨਾਲ 7 3 ਨਾਵ ਤੇ 7 ਕਲ ਵੀ ਆਪਾਰਥ ਕੀਤੇ ਸਨ 9 ਤੇ 7 16 ਹੁੰਦਾ। ਕਵੀ ਨੇ ਕਵਤਾ ਲਿਖੀ ਹੈ ਨਵਸਾਤ ਤੀਏ ਵੀ 16 ਸਾਲ ਦੀ ਇੱਕ ਔਰਤ ਹੈ ਜਨਾਨੀ ਹੈ ਨਵਸਾਤ ਕੀਏ ਉਹਨੇ 9 ਤੇ 7 16 ਸ਼ਿੰਗਾਰ ਕੀਤੇ ਉਹ ਭਾਈ ਸਾਹਿਬ ਜੀ ਇੱਥੇ ਦੱਸਦੇ ਪੈ ਵੀ ਤੀ ਖੋੜ ਸਬਰਖ ਬੈਵਾਨਾ ਖੋੜਸ ਨਾਮ ਵੀ 16 ਦਾ ਹੀ ਹੈ ਵੱਖ-ਵੱਖ ਭਾਸ਼ਾ ਦੇ ਵੱਖਰੇ ਵੱਖਰੇ ਅਰਥ ਬਣ ਜਾਇਆ ਕਰਦੇ ਬੀ ਇੱਕ 16 ਸਾਲ ਦੀ ਔਰਤ ਹੈ। ਖੋੜਸ ਸ਼ਿੰਗਾਰ ਸੁਹਾਇ ਕਵਿਤਾ ਦੀ ਦੂਜੀ ਪੰਕਤੀ ਦਾ ਮਤਲਬ ਇਹ ਹੈ ਵੀ 16 ਤਰ੍ਹਾਂ ਦੇ ਉਸ ਨੇ ਸ਼ਿੰਗਾਰ ਕੀਤੇ ਹਨ। ਖੋੜਸ ਮਾਸਨ ਮਹਿਪਿਆ ਤੇ ਕਵਿਤਾ ਦੀ ਤੀਜੀ ਪੰਕਤੀ ਦਾ ਮਤਲਬ ਮਹਾਰਾਜ ਇਹ ਹੈ ਵੀ ਉਸ ਬੀਬੀ ਦਾ ਪਤੀ 16 ਮਹੀਨਿਆਂ ਪਿੱਛੋਂ ਕਿਤੇ ਬਾਹਰ ਗਿਆ ਸੀ ਤੇ ਉਹ ਘਰ ਵਿੱਚ ਆਇਆ ਹੈ। ਖੋੜਸ ਘਰ ਕੋ ਚੌਪਰ ਰਚਿਓ ਤੇ ਮਹਾਰਾਜ ਚੌਥੀ ਪੰਕਤੀ ਦਾ ਅਰਥ ਇਹ ਬਣਦਾ ਹੈ ਵੀ 14 16 ਜਿਹੜੀਆਂ ਸਨ ਗਿਣਤੀ ਦੀਆਂ ਚੌਪੜ ਉਹਨੇ ਵਿਛਾਇਆ ਤੇ ਚੌਪੜ ਦੇ ਵਿੱਚ ਜਿਹੜੇ ਦਾਅ ਖੇਡਨੇ ਦਾਅ ਲਾਉਣੇ ਚੌਪੜ ਦੀ ਖੇਡ ਹੋਇਆ ਕਰਦੀ ਹੈ ਤੇ ਉਹ 16 ਤਰ੍ਹਾਂ ਦਾ ਚੌਪੜ ਉਸਨੇ ਰਚਿਆ ਹੈ ਉਸ ਦਾਵਲਾ ਇਹ ਮੁਖ ਮਚਿਓ ਅਤੇ ਉਸ ਵੇਲੇ ਸੁਖ ਮਚਿਓ 16 ਤਰ੍ਹਾਂ ਦੇ ਹੀ ਦਾ ਲਾਏ ਇਸਨੇ ਕਵਤਾ ਵਿੱਚ ਇੱਕੋ ਹੀ ਸ਼ਬਦ ਵਾਰ-ਵਾਰ ਵਰਤਿਆ ਹੈ ਨਵ ਸaat ਨਵ ਸaat ਨਵ ਸaat 9 ਤੇ 7 16 9 ਤੇ 7 16 ਜਿਵੇਂ ਜਿਵੇਂ ਉਹ 16 16 ਕਹਿੰਦਾ ਗਿਆ ਤੇ ਉਹ ਭਾਈ ਧੰਨਾ ਸਿੰਘ ਉਹਦੇ ਅਰਥ ਨਾਲ ਨਾਲ ਕਰਦੇ ਗਏ ਕਹਿਣ ਲੱਗਾ ਮਹਾਰਾਜ ਵੀ 16 ਤਰ੍ਹਾਂ ਦਾ ਇਹ ਚੌਪੜ ਹੈ ਤੇ 16 ਤਰ੍ਹਾਂ ਦੀ ਚੌਪੜ ਖੇਡਣ ਵੇਲੇ ਉਸ ਵੇਲੇ ਦਾਾ ਖੇਡੇ ਗਏ ਇੱਕ ਦੂਜੇ ਦੇ ਉੱਪਰ ਦਾਾ ਲਾਏ ਗਏ ਹਨ ਸੋਈ ਖੋੜਸ ਪਿਆਰੋ ਲਿਆਇਓ ਤੇ ਕਹਿਣ ਲੱਗੇ ਵੀ ਉਹ ਜਿਹੜਾ 16 ਕਲਾ ਦਾ ਸੰਪੂਰਨ ਸੀਗਾ ਵਿਅਕਤੀ ਚੌਪੜ ਦੀ ਬਾਜੀ ਜਿੱਤ ਲਈ ਕਹਿਣ ਲੱਗੇ ਵੀ ਇਸ ਤਰ੍ਹਾਂ ਸੋਈ ਖੋੜਸ ਪਿਆਰੋ ਲਿਆਇਓ ਸੋ ਕਹਿਣ ਤੋਂ ਭਾਵ ਹੈ ਵੀ ਸੋਈ ਸੋਲੀਆਂ ਦਾਓ ਪਿਆਰੇ ਪਤੀ ਨੇ ਲਿਆਂਦਾ ਭਾਵ ਕੇ ਪਾ ਲਿਆ ਵੀ ਚੌਪੜ ਦੀ ਖੇਡ ਖੇਢੀ ਹੈ ਤੇ 16 ਦਾ ਸਨ ਤੇ 16 ਦੇ 16 ਦਾ ਜਿਹੜੇ ਸਾਨੂੰ ਪਤੀ ਨੇ ਜਿੱਤ ਲੈ ਹਨ ਫੋਰਸ ਕੀ ਬਾਜੀ ਜੈ ਪਾਇ ਤੇ 16 ਇਹ ਜਿਹੜੀ ਬਾਜੀ ਸੀ 16 ਅੰਕਾਂ ਦੀ ਉਸ ਵੇਲੇ ਉਹਦੇ ਵਿੱਚ ਜਿੱਤ ਪ੍ਰਾਪਤ ਕਰ ਲਈ ਉਸਦੇ ਪਤੀ ਨੇ ਫੋਰਸ ਕਲਾ ਚੰਦਮੁਖ ਜੋਈ ਉਹ ਜਿਹੜੀ ਔਰਤ ਹੈ ਉਸ ਦਾ ਮੁਖ ਕਹਿਣ ਲੱਗੇ ਵੀ ਚੰਦਰਮਾ ਵਰਗਾ ਚੰਦਰਮਾ ਨੂੰ 16 ਕਲਾ ਮੰਨਿਆ ਹੈ ਵੀ 16 ਕਲਾ ਸੁੰਦਰਮ ਚੰਦਰਮਾ ਸੁੰਦਰ ਹੈ ਤੇ ਉਹ ਜਿਹੜੀ ਔਰਤ ਚੌਪੜ ਖੇਡਦੀ ਹੈ ਉਹ ਵੀ ਕਹਿਣ ਲੱਗੇ ਵੀ ਚੰਦਰਮਾ ਵਰਗਾ ਮੁਖ ਹੈ। ਔਰ ਪਾਇਤ੍ਰਿ ਸ਼ਾਦਤ ਸੋਈ। ਅਤੇ ਜਿਸ ਤਰ੍ਹਾਂ ਚੰਦਰਮਾ ਬਦਲਾਂ ਵਿੱਚ ਲੁਕ ਜਾਂਦਾ ਹੈ ਉਹ ਔਰਤ ਜਿਹੜੀ ਸੀ ਹਾਰ ਗਈ ਚੌਪੜ ਦੀ ਖੇਡ ਦੇ ਵਿੱਚ ਉਸਨੇ ਪੱਲੇ ਦੇ ਨਾਲ ਆਪਣੇ ਮੁਖ ਨੂੰ ਢਕਿਆ ਹੈ। ਮਨੋ ਮੇਗ ਮੈ ਨਿਸਪਤ ਸ਼ਾਇਓ। ਮੰਨ ਲਓ ਵੀ ਬਦਲਾਂ ਦੇ ਵਿੱਚ ਜਿਵੇਂ ਚੰਦਰਮਾ ਛੁਪ ਜਾਂਦਾ ਹੈ। ਇਮ ਅੰਚਰ ਮੈ ਮੁਖ ਦਰਸਾਏ। ਇਸ ਤਰ੍ਹਾਂ ਉਹਨੇ ਆਪਣੇ ਚੁੰਨੀ ਦੇ ਪੱਲੇ ਵਿੱਚ ਆਪਣੇ ਮੁਖ ਨੂੰ ਢੱਕ ਲਿਆ। ਮਹਾਰਾਜ ਵੀ ਆ ਇਹਦੀ ਕਵਤਾ ਹੈ। ਇਹਦੀ ਕਵਤਾ ਦੇ ਆਰਥ ਬੰਦੇ ਨੇ ਭਾਈ ਧੰਨਾ ਸਿੰਘ ਨੇ ਝਾਟਿਓ ਚਾਰ ਪੰਜ ਪੰਕਤੀਆਂ ਦੀ ਕਵਤਾ ਸੀ ਉਹਨੇ ਆਪਣੇ ਆਪ ਤਾਂ ਡੂੰਗਾ ਸਵਾਲ ਕੀਤਾ ਵੀ ਇਹਦਾ ਕੋਈ ਅਰਥ ਕਰ ਨਹੀਂ ਸਕਦਾ ਭਾਈ ਧੰਨਾ ਸਿੰਘ ਨੇ ਝਾਟਿਓ ਦੇ ਅਰਥ ਕਰਕੇ ਕਹਿਣ ਲੱਗਾ ਮਹਾਰਾਜ ਇਹ ਤੇ ਮਾਮੂਲੀ ਜੀ ਗੱਲ ਐ ਸਾਰੇ ਅਰਥ ਕਰਕੇ ਰੱਖ ਦਿੱਤੇ ਹਨ ਸਤਗੁਰ ਸਹਿਤ ਸਭ ਸੁਣਿਓ ਸਤਗੁਰਾਂ ਨੇ ਸੁਣੇ ਅਰਥ ਤੇ ਮਹਾਰਾਜ ਤੇ ਜਾਣੀ ਜਾਣ ਸੰ ਸਤਗੁਰੂ ਖੁਸ਼ ਹੋ ਗਏ ਜਿੰਨੀ ਦੀਵਾਨ ਵਿੱਚ ਸੰਗਤ ਬੈਠੀ ਆ ਸਾਰੇ ਬੜੇ ਖੁਸ਼ ਹੋਏ ਹਨ ਅਰਥ ਜਥਾ ਵਤ ਜਿਮ ਪਰ ਗੁਰਮੁਖੋ ਬਚਨ ਇਹ ਆ ਵੀ ਭਾਈ ਧੰਨਾ ਸਿੰਘ ਨੇ ਅਰਥ ਵਾਕਿਆ ਬਿਲਕੁਲ ਬੜੇ ਠੀਕ ਔਰ ਬੜੇ ਸਹੀ ਕੀਤੇ ਇਹਦਾ ਅਰਥ ਵੀ ਇਹੋ ਹੀ ਬਣਦਾ ਹੈ ਕਹਿਣ ਲੱਗੇ ਵੀ ਜਿਸ ਤਰ੍ਹਾਂ ਦੀ ਇਹ ਕਵਤਾ ਲਿਖੀ ਹੈ ਕਵਤਾ ਉਚਾਰੀ ਹੈ ਭਾਈ ਧੰਨਾ ਸਿੰਘ ਨੇ ਬਿਲਕੁਲ ਉਸੇ ਤਰ੍ਹਾਂ ਦੇ ਅਰਥ ਕਰਕੇ ਸਾਰਿਆਂ ਨੂੰ ਸੁਣਾ ਦਿੱਤੇ ਨਵ ਸਾਤ ਤੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਲਾਏ ਕਹਿਣ ਤੋਂ ਭਾਵ ਹੈ ਵੀ 16 ਸਾਲ ਉਸਦੀ ਉਮਰ ਹੈ ਅਤੇ ਇਸ ਤਰ੍ਹਾਂ 16 ਸ਼ਿੰਗਾਰ ਨੇ ਤੇ 16 ਮਹੀਨੇ ਪਿਛੋਂ ਪਤੀ ਆਇਆ ਤੇ 16 ਤਰ੍ਹਾਂ ਦਾ ਦਾਵ ਖੇਡਿਆ ਨਵਸਾਤ ਤੇ ਨਵਸਾਤ ਬਦੇ ਨਵਸਾਤ ਪਾਇ ਮੈਂ ਦਾਇਕ ਪਾਇ ਵੀ 16 ਤਰ੍ਹਾਂ ਦੀ ਉਹ ਚੌਪੜ ਦੀ ਖੇਡ ਹੈ ਤੇ ਉਸ ਨੂੰ ਖੇਡਿਆ ਗਿਆ ਜੀਤ ਕਲਾ ਨਵਸਾਤਨ ਕੀ ਉਹ ਜਿਹੜੀ ਕਲਾ ਸੀਗੀ ਚੌਪੜ ਦੀ ਖੇਡ ਉਹ 16 ਅੰਕਾਂ ਦੀ ਉਹ ਪਤੀ ਨੇ ਜਿੱਤ ਲਈ ਹੈ ਨਵਸਾਤਨ ਕੇ ਮੁਖ ਅੰਚਲ ਛਾਏ ਤੇ 16 ਕਲਾ ਚੰ드ਰਮਾ ਦੀਆਂ ਮੰਨੀਆਂ ਵੀ ਚੰ드ਰਮਾ ਬੜਾ ਸੁੰਦਰ ਹੈ ਤੇ ਚੰ드ਰਮਾ ਦੀ ਸੁੰਦਰਤਾ ਤੋਂ ਲੈ ਲਿਆ ਵੀ ਉਸਦਾ ਮੁਖ ਬੜਾ ਸੁੰਦਰ ਹੈ ਤੇ ਕਹਿਣ ਲੱਗੇ ਵੀ ਜਿਵੇਂ ਚੰ드ਰਮਾ ਬੱਦਲਾਂ ਵਿੱਚ ਆਪਣੇ ਆਪ ਨੂੰ ਛੁਪਾ ਲੈਂਦਾ ਮਾਨੋ ਮੇਹ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ ਚੰਦਨ ਕਵੀ ਦਾ ਨਾਮ ਹੈ ਕਹਿੰਦਾ ਜਿਵੇਂ ਬੱਦਲਾਂ ਵਿੱਚ ਚੰ드ਰਮਾ ਲੁਕ ਜਾਂਦਾ ਐਵੇਂ ਉਸ ਨੇ ਆਪਣੇ ਪੱਲੇ ਵਿੱਚ ਆਪਣੇ ਆਪ ਨੂੰ ਲੁਕਾ ਲਿਆ ਇਹ ਅਰਥ ਕਰਕੇ ਭਾਈ ਧੰਨਾ ਸਿੰਘ ਨੇ ਸੁਣਾਏ ਹਨ ਸਤਿਗੁਰ ਸਹਿਤ ਸਭ ਸੁਣਿਓ ਸਤਿਗੁਰਾਂ ਨੇ ਵੀ ਸੁਣੇ ਤੇ ਸਾਰੀ ਸੰਗਤ ਨੇ ਸੁਣ ਲੈ ਹਨ ਅਰਥ ਜਥਾਵਤ ਜਿਮ ਇਹ ਭਨ ਕਹਿਣ ਲੱਗੇ ਵੀ ਬਿਲਕੁਲ ਠੀਕ ਭਾਈ ਧੰਨਾ ਸਿੰਘ ਨੇ ਅਰਥ ਕਰ ਦਿੱਤੇ ਹਨ ਸੋ ਚੰਦਨ ਕਵਤਜ ਹੰਕਾਰਾਂ ਕਹਿਣ ਲੱਗੇ ਵੀ ਉਹ ਚੰਦਨ ਨਾਮ ਦਾ ਜਿਹੜਾ ਕਵੀ ਸੀ ਨਾ ਉਹਦਾ ਹੰਕਾਰ ਟੁੱਟ ਗਿਆ ਜ਼ੀਰੋ ਹੋ ਗਿਆ ਬਿਲਕੁਲ ਹੰਕਾਰ ਦਾ ਭਾਂਡਾ ਭੱਜ ਗਿਆ ਵੀ ਮੈਂ ਤੇ ਆਪਣੇ ਵੱਲੋਂ ਬੜੀ ਤਗੜੀ ਕਵਤਾ ਬਣਾ ਕੇ ਲਿਆਇਆ ਵੀ ਮੇਰੀ ਕਵਤਾ ਦੇ ਕੋ ਅਰਥ ਕਰ ਨਹੀਂ ਸਕਦਾ ਇਹ ਤੇ ਵਾਕਿਆ ਹੀ ਘਾਵ ਵਾਲੇ ਨੇ ਝਾਟੀ ਲਾਇਆ ਇਹਨੇ ਦੇ ਮਿੰਟੀ ਕੋਈ ਨਹੀਂ ਲਾਇਆ ਨਾ ਦੁਬਾਰਾ ਪੜਨ ਦੀ ਲੋੜ ਪਈ ਹੈ ਨਾ ਦੁਬਾਰਾ ਸਮਝਣ ਸਮਝਾਉਣ ਦੀ ਲੋੜ ਪਈ ਹੈ ਨੇ ਦੇ ਕੇ ਵਾਰੀ ਸੁਣਿਆ ਤੇ ਸਾਰੇ ਅਰਥ ਇਹਨੇ ਕਰਕੇ ਰੱਖ ਦਿੱਤੇ ਚੰਦਨ ਕਵੀ ਬੜਾ ਹੈਰਾਨ ਹੋਇਆ ਹੈ ਹੱਥ ਜੋਰ ਗੁਰ ਸਾਥ ਉੱਤਰਾ ਉਸ ਵੇਲੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਫਿਰ ਚੰਦਨ ਕਵੀ ਨੇ ਆਖਿਆ ਹੈ ਰਾਜ ਬਲ ਨਹਿ ਬੁੱਧ ਕੇਰਾ ਕਹਿ ਲੱਗਾ ਸਤਿਗੁਰੂ ਪਾਤਸ਼ਾਹ ਜੀ ਬੁੱਧੀ ਦਾ ਜਿਹੜਾ ਬਲ ਹੈ ਬੁੱਧੀ ਦੇ ਉੱਪਰ ਬਹੁਤ ਜ਼ਿਆਦਾ ਜੋਰ ਪਾ ਕੇ ਕਰਮਾਤ ਸਾਹਿਬ ਕੋ ਚੇਰਾ ਸਤਿਗੁਰੂ ਪਾਤਸ਼ਾਹ ਜੀ ਆਪ ਦੇ ਕਰਮਾਤਾਂ ਦੇ ਸਾਹਿਬ ਹੋ ਤੇ ਮੈਂ ਆਪ ਜੀ ਦਾ ਚੇਲਾ ਹੰਕਾਰ ਟੁੱਟਿਆ ਨਾ ਚੰਦਨ ਕਵੀ ਦਾ ਮਹਾਰਾਜ ਮੈਂ ਤੇ ਐਵੇਂ ਮੱਥਾ ਲਾ ਲਿਆ ਮੈਨੂੰ ਨਹੀਂ ਸੀ ਪਤਾ ਤੁਸੀਂ ਤੇ ਕਰਮਾਤਾਂ ਦੇ ਪਾਤਸ਼ਾਹ ਘਰੋ ਕਿ ਤੁਹਾਡੇ ਤੇ ਇੱਥੇ ਜਿਹੜੇ ਕੁਕਰ ਨੇ ਉਹਨਾਂ ਵਿੱਚ ਵੀ ਕਰਾ ਮਾਤਾ ਨੇ ਤੇ ਪਾਤਸ਼ਾਹ ਇਹਦੇ ਤੁਹਾਡਾ ਸਿੱਖ ਹੈ ਘੋੜਿਆਂ ਨੂੰ ਘਾਹ ਪਾਉਣ ਵਾਲਾ ਆਪ ਜੀ ਕੀ ਨਹੀਂ ਕਰ ਸਕਦੇ ਹੋ ਗਰਮ ਨਾ ਚੱਲੇ ਆਪਕੇ ਅੱਗੇ ਸਤਿਗੁਰੂ ਤੁਹਾਡੇ ਅੱਗੇ ਹੰਕਾਰ ਨਹੀਂ ਚੱਲ ਸਕਦਾ ਇਹ ਮੈਨੂੰ ਪਤਾ ਲੱਗਿਆ ਵੀ ਮੈਂ ਹੰਕਾਰ ਕਰਕੇ ਕੰਮ ਗਲਤ ਕਰ ਲਿਆ ਹੈ ਤੁਹਾਡੇ ਅੱਗੇ ਕਿਸੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਸਿਮਰਹ ਨਾਮ ਬਣਾਉਣ ਲੱਗਿਆ ਅਤੇ ਆਪ ਜੀ ਦਾ ਨਾਮ ਸਿਮਰਦਾ ਹੈ ਉਹ ਕਵਤਾ ਬਣਾਉਣ ਲੱਗ ਜਾਂਦਾ ਮੈਨੂੰ ਇਹ ਸਮਝ ਪੈ ਗਈ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਸਿਮਰਨ ਵਿੱਚੋਂ ਕੀ ਨਹੀਂ ਮਿਲਦਾ ਜਿਹਦੀ ਮੋਟੀ ਬਾਤ ਐ ਨਾ ਮੋਟਾ ਦਿਮਾਗ ਜੇ ਉਹ ਸਿਮਰਨ ਕਰ ਲਵੇ ਤੇ ਉਹਦੀ ਆਤਮ ਵਿਸ਼ੈ ਨਹੀਂ ਮਤ ਹੋ ਜਾਂਦੀ ਐ ਤਿੱਖੀ ਮਤ ਦਾ ਮਾਲਕ ਬਣ ਜਾਂਦਾ ਐ ਜਿਹੜੀ ਕਦੇ ਵੀ ਕੁਝ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਸਿਮਰਨ ਵਿੱਚੋਂ ਤੇ ਮਹਾਰਾਜ ਉਹ ਮਿਲ ਜਾਂਦੀ ਐ ਤੁਸੀਂ ਗੁਰਬਾਣੀ ਵਿੱਚ ਇਹ ਬਚਨ ਬਖਸ਼ਿਸ਼ ਕੀਤੇ ਨੇ ਜਿਹੜਾ ਤੁਹਾਡੀ ਸੰਗਤ ਵਿੱਚ ਰਹੇਗਾ ਔਰ ਦੂਜਾ ਤੁਹਾਡੀ ਸੇਵਾ ਕਰੇਗਾ ਮਹਾਰਾਜ ਕਹਿਣ ਲੱਗੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਵਿੱਚ ਉਹ ਤੇ ਰੱਬ ਮਿਲ ਜਾਂਦਾ ਹੈ ਇਹ ਕਵਿਤਾ ਦੇ ਅਰਥ ਕਰਨੇ ਕਿੰਨੀ ਕੋ ਵੱਡੀ ਗੱਲ ਹੈ ਚੰਦਨ ਕਵੀ ਨੂੰ ਸਮਝਾਈ ਹੈ ਮਹਾਰਾਜ ਮੈਂ ਤੇ ਐਵੇਂ ਹੰਕਾਰ ਕਰ ਬੈਠਾ ਮੈਨੂੰ ਸਮਝ ਲੱਗ ਗਈ ਹੈ ਤੁਹਾਡੇ ਸਿੱਖਾਂ ਦੇ ਕੋਲ ਮਹਾਰਾਜ ਸਿਮਰਨ ਹੈ ਤੁਹਾਡੇ ਸਿੱਖਾਂ ਦੇ ਕੋਲ ਮਹਾਰਾਜ ਸੇਵਾ ਹੈ ਜਿਸ ਦੇ ਕੋਲ ਸੇਵਾ ਤੇ ਸਿਮਰਨ ਹੋਵੇ ਤੇ ਪਾਤਸ਼ਾਹ ਉਹਦੇ ਕੋਲੋਂ ਕਿਹੜੀ ਚੀਜ਼ ਕੋਈ ਗੁੱਝੀ ਹੋ ਸਕਦੀ ਹੈ ਇਹ ਮੈਂ ਹੰਕਾਰ ਐਵੇਂ ਕੀਤਾ ਹੈ ਤਬ ਕਲਗੀ ਧਰਬਖ ਸੁਣਾਇ ਉਸ ਵੇਲੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਨਹੀਂ ਭਾਈ ਅਸੀਂ ਤੈਨੂੰ ਇੱਕ ਬਚਨ ਹੋਰ ਵੀ ਅਜੇ ਸੁਣਾਉਣਾ ਚਾਹੁੰਦੇ ਹਾਂ ਤਨਾ ਸਿੰਘ ਜੋ ਤੋਹੇ ਬਣਾਇ ਉਸ ਵੇਲੇ ਬਚਨ ਤੇ ਇਹ ਹੈ ਵੀ ਚੰਦਨ ਕਵੀ ਜੀ ਤੇਰੀ ਕਵਤਾ ਦੇ ਅਰਥ ਸਾਡੇ ਸਿੱਖ ਨੇ ਕਰ ਦਿੱਤੇ ਪਰ ਸਵਾਲ ਤੇ ਹੁਣ ਤਾਂ ਆਵੇ ਨਾ ਵੀ ਸਾਡਾ ਸਿੱਖ ਹੁਣ ਕਵਤਾ ਤੈਨੂੰ ਸੁਣਾਉਂਦਾ ਤੇ ਕਵੀ ਜੀ ਹੁਣ ਤੁਸੀਂ ਇਹਦੇ ਅਰਥ ਕਰੋਗੇ ਤੇ ਗੱਲ ਤਾਂ ਬਣੇਗੀ ਬਰਾਬਰ ਦਾ ਮੇਲ ਤੇ ਤਾਂ ਹੀ ਹੈ ਨਾ ਤੁਹਾਡਾ ਸਵਾਲ ਦਾ ਜਵਾਬ ਤੇ ਸਿੱਖ ਨੇ ਦਿੱਤਾ ਤੁਸੀਂ ਕਹਿ ਦਿੱਤਾ ਵੀ ਸਾਡੇ ਸਿੱਖ ਬੜੇ ਸਿਆਣੇ ਪਰ ਸਿੱਖ ਸਿਆਣੇ ਦਾ ਤੇ ਪਤਾ ਹੁਣ ਲੱਗਦਾ ਕਵਤਾ ਇੱਕ ਸਾਡਾ ਸਿੱਖ ਬਣਾਵੇਗਾ ਤੇ ਕਵੀ ਜੀ ਉਹਦੇ ਅਰਥ ਤੁਸੀਂ ਕਰਕੇ ਸੁਣਾਓ ਵੀ ਕੀ ਭਾਵ ਬਣਦਾ ਹੈ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਹੈ ਸੋ ਅਠ ਇਸਤੇ ਅਰਥ ਕਰਾਓ ਤੇ ਉਸ ਵੇਲੇ ਸਤਿਗੁਰਾਂ ਨੇ ਭਾਈ ਧੰਨਾ ਸਿੰਘ ਨੂੰ ਇਸ਼ਾਰਾ ਕੀਤਾ ਕਹਿਣ ਲੱਗੇ ਧੰਨਾ ਸਿਆ ਬਣਾ ਕੋਈ ਸੋਣੀ ਜੀ ਕਵਤਾ ਤੇ ਸੁਨਾ ਇਸ ਕਵੀ ਨੂੰ ਤੇ ਨਾਲੇ ਇਹਨੂੰ ਕੋ ਵੀ ਅਰਥ ਕਰੇ ਭਾਈ ਧੰਨਾ ਸਿੰਘ ਨੇ ਮਹਾਰਾਜ ਦੀ ਰਮਜ ਜਾਣ ਕੇ ਵੀ ਸਤਿਗੁਰੂ ਕਰਨ ਕਰਾਉਣ ਵਾਲੇ ਤੇ ਆਪ ਨੇ ਸਮਰੱਥ ਨੇ ਮੈਨੂੰ ਤੇ ਮਾਣ ਦਿੰਦੇ ਪੈ ਮਹਾਰਾਜ ਸਾਹਿਬ ਜੀ ਉਸ ਵੇਲੇ ਕਹਿਣ ਲੱਗਾ ਸਤਿਗੁਰੂ ਤੁਹਾਡੀ ਆਗਿਆ ਹੋਵੇ ਤੇ ਹੁਣੇ ਆਪਾਂ ਬਣਾ ਦਿੰਦੇ ਹਾਂ ਭਾਈ ਧੰਨਾ ਸਿੰਘ ਉਸ ਵੇਲੇ ਕਹਿਣ ਲੱਗਾ ਲਓ ਫਿਰ ਸੁਣੋ ਕਵੀ ਜੀ ਮੈਂ ਕਵਤਾ ਬਣਾਉਣ ਲੱਗਾ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸੁਣ ਕੇ ਤੇ ਇਹਦੇ ਅਰਥ ਕਰਨਾ ਕਰੋ ਸੁਣੋ ਭਲੇ ਪੁਨੇ ਆਪ ਸੁਣਾਵੋ ਅਤੇ ਮੈਂ ਹੁਣ ਕਵਤਾ ਸੁਣਾਵਾਂਗਾ ਪਹਿਲਾਂ ਤੁਸੀਂ ਕਵਤਾ ਸੁਣ ਲਓ ਚੰਗੇ ਤਰੀਕੇ ਨਾਲ ਫਿਰ ਉਸ ਨੂੰ ਸਮਝ ਲਓ ਤੇ ਫਿਰ ਉਹਦੇ ਅਰਥ ਕਰਕੇ ਸੁਣਾਓ ਵੀ ਇਹਦਾ ਮਤਲਬ ਕੀ ਬਣਦਾ ਹੈ ਸਭਾ ਵਿਖੇ ਜਦ ਸਤਗੁਰ ਕਹੇ ਕਹਿਣ ਲੱਗੇ ਵੀ ਜਦੋਂ ਭਾਈ ਧੰਨਾ ਸਿੰਘ ਨੇ ਬਚਨ ਆਖਿਆ ਨਾ ਵੀ ਹੁਣ ਕਵਤਾ ਮੈਂ ਸੁਣਾਵਾਂਗਾ ਤੇ ਇਹਦੇ ਅਰਥ ਕਰੋ ਤੇ ਸਾਰੀ ਸਭਾ ਦੇ ਵਿੱਚ ਚੁੱਪ ਛਾ ਗਈ ਸਾਰੇ ਸਾਹ ਰੋਕ ਕੇ ਬੈਠ ਗਏ ਵੀ ਇਹ ਤੇ ਬਰਾਬਰ ਦਿਆਂ ਦਾ ਨਾਲ ਇੱਕ ਦੂਜੇ ਦਾ ਮੱਥਾ ਲੱਗਾ ਚੰਦਨ ਕਵੀ ਆਖਦਾ ਵੀ ਮੈਂ ਵੱਡਾ ਵਿਦਵਾਨ ਹਾਂ ਕੁਝ ਹੰਕਾਰ ਟੁੱਟ ਗਿਆ ਕਿਉਂਕਿ ਸਿੱਖ ਨੇ ਉਹਦੀ ਕਵਿਤਾ ਦੇ ਅਰਥ ਕਰ ਦਿੱਤੇ ਪਰ ਹੁਣ ਸਿੱਖ ਨੇ ਪਤਾ ਨਹੀਂ ਕਿਹੋ ਜੀ ਕਵਿਤਾ ਬਣਾਉਣੀ ਹੁਣ ਕਵੀ ਕੋਲੋਂ ਅਰਥ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਸਾਰੀ ਸੰਗਤ ਬੜੇ ਧਿਆਨ ਦੇ ਨਾਲ ਇਹ ਸਾਰੇ ਪ੍ਰੋਗਰਾਮ ਨੂੰ ਜਾਂ ਕਹਿ ਲਈਏ ਪ੍ਰਸੰਗ ਨੂੰ ਸਰਵਨ ਕਰ ਰਹੀ ਹੈ। ਮੋਸ਼ਾ ਸ਼ਕਲ ਸਿੰਘ ਨੇ ਲਹਿਉ ਉਸ ਵੇਲੇ ਭਾਈ ਜਿਹੜਾ ਸਿੱਖ ਹੈ ਮਹਾਰਾਜ ਸਾਹਿਬ ਜੀ ਦਾ ਧੰਨਾ ਸਿੰਘ ਉਸਨੇ ਸਾਰਾ ਆਸ਼ਾ ਜਾਣ ਲਿਆ ਵੀ ਮਹਾਰਾਜ ਚਾਹੁੰਦੇ ਨੇ ਵੀ ਮੈਂ ਕਵਤਾ ਇਹੋ ਜੀ ਬਣਾਵਾਂ ਵੀ ਕਵੀ ਦੇ ਇਥੇ ਹੱਥ ਖੜੇ ਕਰਨੇ ਨੇ ਤਾਂ ਗੱਲ ਬਣਦੀ ਹੈ। ਮਹਾਰਾਜ ਦਾ ਇਸ਼ਾਰਾ ਜਾਣ ਕੇ ਉਸ ਵੇਲੇ ਫਿਰ ਕਪਹੁ ਅਰਥ ਜੇ ਕਰ ਲਖ ਪਾਇਓ ਕਹਿਣ ਲੱਗੇ ਵੀ ਜੇ ਇਹ ਚੰਦਨ ਕਵੀ ਅਰਥ ਸਮਝ ਲਵੇ ਤਾਂ ਕਥਨ ਕਰ ਦੇ। ਭਾਈ ਧੰਨਾ ਸਿੰਘ ਨੇ ਆਖਿਆ ਵੀ ਕਵੀ ਜੀ ਮੈਂ ਕਵਤਾ ਸੁਣਾਉਦਾ ਹਾਂ ਜੇ ਤੈਨੂੰ ਸਮਝ ਆ ਗਈ ਤੇ ਉਹਦੇ ਅਰਥ ਕਰਕੇ ਸੁਣਾ ਦੀ ਸਾਰੀ ਸੰਗਤ ਨੂੰ ਤੇ ਜੇ ਤੈਨੂੰ ਸਮਝ ਨਾ ਆਈ ਤੇ ਫਿਰ ਤੂੰ ਚੁੱਪ ਕਰਕੇ ਬੈਠੇ ਰਹਿਣਾ ਫਿਰ ਤੂੰ ਕੁਝ ਬੋਲਣਾ ਨਹੀਂ ਹੈ ਇਸ ਕਰਕੇ ਪਹਿਲਾਂ ਸੁਣ ਲੈ ਧਿਆਨ ਦੇ ਨਾਲ ਵੀ ਮੈਂ ਕੀ ਕਹਿੰਦਾ ਹਾਂ ਉਹ ਸਵਈਆ ਕਰਿਓ ਸੁਣਾਇਓ ਉਸ ਵੇਲੇ ਸਤਗੁਰੂ ਕਹਿਣ ਲੱਗੇ ਧੰਨਾ ਸਿਆ ਵੀ ਸੁਣਾ ਫਿਰ ਕਿਹੜਾ ਸਵਈਆ ਕਿਹੜੀ ਕਵਤਾ ਹੈ ਭਾਈ ਤਾਂ ਨਾ ਸਿੰਘ ਨੇ ਮਹਾਰਾਜ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਸਤਿਗੁਰੂ ਮੈਂ ਫਿਰ ਸਵਈਆ ਸੁਣਾਉਂਦਾ ਹਾਂ ਤੇ ਭਾਈ ਧਰਨਾ ਸਿੰਘ ਨੇ ਫਿਰ ਇਹ ਬਚਨ ਲਿਖਿਆ ਆਪਣੇ ਸਵਈਏ ਵਿੱਚ ਆਪਣੀ ਕਵਤਾ ਵਿੱਚ ਇਹ ਬਚਨ ਆਖੇ ਹਨ ਸਵਈਆ ਮੀਨ ਮਰੇ ਜਲ ਕੇ ਪਰਸੇ ਕਬਹੂ ਨ ਮਰੇ ਪਰਪਾਵਕ ਪਾਏ ਸੋ ਉਸ ਨੇ ਸਵਈਆ ਬਣਾਇਆ ਗੁਰਮੁਖੋ ਹੈ ਬੜਾ ਸੌਖਾ ਪਰ ਇਹਦਾ ਅਰਥ ਬੜਾ ਡੂੰਘਾ ਰੱਖ ਦਿੱਤਾ ਕਿਉਂਕਿ ਅਰਥ ਕਰਨ ਤੋਂ ਪਹਿਲਾਂ ਕਵਤਾ ਪੜਨੀ ਆਉਣੀ ਚਾਹੀਦੀ ਹੈ ਗਾਲੇ ਤੇ ਮੋਗਈ ਆ ਕੇ ਵੀ ਅਰਥ ਕਰਨਾ ਤੇ ਬਾਅਦ ਦੀ ਗੱਲ ਹੈ ਅਰਥ ਤੋਂ ਪਹਿਲਾਂ ਕਵਤਾ ਪੜ੍ਹਨੀ ਆਵੇ ਜਿਵੇਂ ਮੰਨ ਲਓ ਗੁਰਬਾਣੀ ਹੈ ਗੁਰਬਾਣੀ ਦਾ ਅਰਥ ਕਰਨਾ ਬਾਅਦ ਦੀ ਗੱਲ ਹੈ ਪਹਿਲਾਂ ਗੁਰਬਾਣੀ ਪੜ੍ਹਨੀ ਆਉਣੀ ਚਾਹੀਦੀ ਹੈ ਜੇ ਪੜ੍ਹਨੀ ਨਹੀਂ ਆਈ ਤੇ ਅਰਥ ਵੀ ਨਹੀਂ ਹੋਵੇਗਾ ਜੇ ਪੜ੍ਹਨੀ ਆਈ ਹੈ ਤੇ ਅਰਥ ਤਾਂ ਬਣੇਗਾ ਵਰਸਾ ਮੇਗ ਸਖੀ ਘਰ ਪਾ ਹੁਨੇ ਆਏ ਇੱਕ ਸੂਰਮਾ ਸਿੱਖ ਮਨਾਖਾ ਹੈ ਨਾ ਅੱਖਾਂ ਤੋਂ ਦਿਸਦਾ ਨਹੀਂ ਤੇ ਉਹ ਕਥਾ ਸ਼ਰਵਨ ਕਰਵਾਉਂਦਾ ਪਿਆ ਨਾਲ ਸਿੱਖ ਬੈਠਾ ਪਾਠ ਕਰਦਾ ਪਿਆ ਜਦੋਂ ਪਾਠ ਕਰਦੇ ਆ ਬਚਨ ਆਖਿਆ ਨਾ ਵਰਸਾ ਮੇਘ ਸਖੀ ਘਰ ਪਾਹ ਨੇ ਆਏ ਤੇ ਉਹ ਰੋਗਿਆ ਤੇ ਆ ਗਿਆ ਆਪਣੇ ਪਾਠੀ ਨੂੰ ਆਖਦਾ ਪਾਠ ਕਰਨ ਵਾਲੇ ਨੂੰ ਦੁਬਾਰਾ ਪੜ ਦੁਬਾਰਾ ਫਿਰ ਉਹ ਹੀ ਉਸੇ ਤਰ੍ਹਾਂ ਹੀ ਪੜਿਆ ਕਹਿਣ ਲੱਗਾ ਨਹੀਂ ਗੱਲ ਨਹੀਂ ਬਣੀ ਐ ਦੁਬਾਰਾ ਫਿਰ ਪੜ ਤਿੰਨ ਚਾਰ ਵਾਰੀ ਪੜਿਆ ਤੇ ਉਸ ਵੇਲੇ ਇਹੋ ਹੀ ਗੱਲ ਹੀ ਆਖੀ ਜਾਵੇ ਵੀ ਵਰਸਾ ਮੇਘ ਸਖੀ ਵੀ ਭਾਵ ਮੀਂਹ ਪੈਂਦਾ ਪਿਆ ਤੇ ਘਰ ਪਾਹ ਨੇ ਆਏ ਹੁਣ ਪਾਹਨ ਨੂੰ ਪਾਹਨ ਪੜਦਾ ਪਿਆ ਹਾਏ ਨੂੰ ਔਕੜ ਉਹਨੇ ਲਾਈ ਕੋਈ ਨਹੀਂ ਐ ਪਾਹਨ ਉਹ ਇੱਥੇ ਆ ਕੇ ਰੁਕ ਗਿਆ ਕਰੇ ਕਹਿਣ ਲੱਗਾ ਵੀ ਇਹ ਤੇ ਗੱਲ ਬੰਦ ਹੀ ਨਹੀਂ ਪਾਹਣ ਨਾਮ ਪੱਥਰ ਦਾ ਤੇ ਪਾਹਣ ਨਾਮ ਪਰੋਣੇ ਦਾ ਹੈ ਤੂੰ ਪੜਦਾ ਪਿਆ ਵੀ ਘਰ ਪਾਹਣ ਆਏ ਵੀ ਮੀਂਹ ਪੈਂਦਾ ਤੇ ਘਰੇ ਪੱਥਰ ਆ ਗਏ ਇਹ ਤੇ ਗੱਲ ਬਣੀ ਕੋਈ ਨਾ ਪੜਨਾ ਤੇ ਤੈਨੂੰ ਇਹ ਚਾਹੀਦਾ ਵੀ ਬਰਸਾ ਮੇਗ ਸਖੀ ਘਰ ਪਾਹਣ ਆਏ ਵੀ ਘਰੇ ਪਰੋਣੇ ਆਏ ਨੇ ਇਹ ਤੇ ਗੱਲ ਕਿਸੇ ਬੰਨੇ ਲੱਗਦੀ ਵੀ ਹੈ ਨਾ ਹੁਣ ਫਰਕ ਕਿੰਨਾ ਹੈ ਕੱਲਾ ਇੱਕ ਔਕੜ ਦਾਸ ਵੀ ਕਈ ਵਾਰੀ ਕਹਿ ਦਿੰਦੇ ਕੋਈ ਗੱਲ ਨਹੀਂ ਮਹਾਰਾਜ ਸਭ ਕੁਝ ਹੀ ਜਾਣਦੇ ਕੋਈ ਨਹੀਂ ਜਿਸ ਤਰ੍ਹਾਂ ਵੀ ਆਉਂਦਾ ਪੜੀ ਚੱਲੋ ਦੱਬੀ ਚੱਲੋ ਕੰਮ ਨਹੀਂ ਇਸ ਤਰ੍ਹਾਂ ਨਹੀਂ ਹੈ ਜਾਨ ਬੁੱਝ ਕੇ ਜਾਂ ਅਨਗੈਲੀ ਨਾਲ ਕੀਤੀ ਗਲਤੀ ਮaaf ਨਹੀਂ ਹੋਵੇਗੀ ਜਿਹੜੀ ਜਾਨ ਬੁੱਝ ਕੇ ਕੀਤੀ ਜਾਂ ਅਨਗੈਲੀ ਦਾ ਵੀ ਕੋਈ ਗੱਲ ਨਹੀਂ ਕੰਮ ਕਰੀ ਚੱਲੋ ਨਹੀਂ ਉਹ ਗਲਤੀ ਮaaf ਨਹੀਂ ਹੋਣੀ ਹੈ ਗਲਤੀ ਉਹ ਮaaf ਹੋਵੇਗੀ ਜਿਹੜੀ ਕਿ ਅਚਨਚੇਤ ਹੋਈ ਹੈ ਉਹ ਮaaf ਹੋਵੇਗੀ ਜਾਨ ਬੁੱਝ ਕੇ ਕੀਤੀ ਮਾਫੀ ਨਹੀਂ ਹੈ ਭਾਵ ਇਹ ਸੀਗਾ ਵੀ ਪਹਿਲਾਂ ਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਬਾਣੀ ਪੜਨੀ ਆਉਣੀ ਚਾਹੀਦੀ ਹੈ। ਕੁਝ ਲੋਕ ਆਖਦੇ ਅਸੀਂ 2 ਸਾਲਾਂ ਵਿੱਚ 1.5 ਸਾਲ ਦੇ ਵਿੱਚ ਜਾਂ 3 ਸਾਲ ਦੇ ਵਿੱਚ ਇੱਕ ਪ੍ਰਚਾਰਕ ਪੈਦਾ ਕਰ ਦਿੰਦੇ ਆ। ਇੱਕ ਕਥਾਕਾਰ ਪੈਦਾ ਕਰ ਦਿੰਦੇ ਆ। ਤਿੰਨਾਂ ਸਾਲਾਂ ਵਿੱਚ ਤੇ ਗੁਰਬਾਣੀ ਦੀ ਸੰਥਿਆ ਨਹੀਂ ਹੁੰਦੀ ਜੇ ਕਿਸੇ ਨੇ ਕਰਨੀ ਹੋਵੇ ਤੇ 3 ਸਾਲ ਤੋਂ ਬਾਅਦ ਤੇ ਸੰਥਿਆ ਕਰਦਿਆਂ ਲੱਗ ਜਾਂਦਾ। ਉਦੇ ਅਰਥ ਕਰਨੇ ਉਸ ਤੋਂ ਬਾਅਦ ਦੀ ਗੱਲ ਹੈ ਕਈ ਸਾਲ 7-8 ਸਾਲ ਦਾ ਸਮਾਂ ਲੱਗਦਾ ਹੈ ਜੇ ਕੋਈ ਮਿਹਨਤ ਕਰਕੇ ਲਾਵੇ ਤਾਂ ਤੇ ਜੇ ਆਪਾਂ 2-4 ਰਸਾਲੇ ਪੜ੍ਹੇ 2-4 ਅਖਬਾਰਾਂ ਇਧਰੋਂ ਪੜੀਆਂ ਤੇ ਫਿਰ ਲੋਕਾਂ ਦੇ ਉੱਪਰ ਰੱਖਿਆ ਤਵਾ ਵੀ ਫਲਾਣਾ ਇਹ ਕਰਦਾ ਫਲਾਣਾ ਇਹ ਕਰਦਾ ਤਵਾ ਲਾਉਣਾ ਬੜਾ ਸੌਖਾ ਹੈ ਪਰ ਉਹਨੂੰ ਸਿੱਖਣਾ ਬੜਾ ਔਖਾ ਹੈ ਕਿਸੇ ਗੋ ਨੂੰ ਸਿੱਖਣਾ ਬੜਾ ਔਖਾ ਤੇ ਅੱਜ ਬਹੁਤ ਆਤ ਇਹੋ ਕੁਝ ਹੀ ਹੁੰਦਾ ਹੈ ਇੱਕ ਜਾਨਾ ਬੋਲਦਾ ਦੂਜਾ ਉਹਦੇ ਉੱਪਰ ਟਿੱਕਾ ਟਿੱਪਣੀ ਕਰਦਾ ਤੀਜਾ ਉਹਦੇ ਉੱਪਰ ਕਰਦਾ ਚੌਥਾ ਵੀ ਉਹਦੇ ਉੱਪਰ ਇੱਕ ਦੂਜੇ ਦੇ ਨਾਲ ਹੀ ਉਲਝ ਗਏ ਸਾਰੇ ਜਾਨੇ ਤੁਸੀਂ ਪੁਰਾਣੇ ਵਿਦਵਾਨਾਂ ਦੀ ਕਥਾ ਸੁਣ ਕੇ ਵੇਖੋ ਜਿਹੜੇ ਪੁਰਾਣੇ ਅੱਜ ਤੋਂ ਪਹਿਲਾਂ ਦੇ ਸਨ ਉਹ ਇੱਕ ਦੂਜੇ ਨਾਲ ਕਦੇ ਨਹੀਂ ਸਨ ਉਲਝਦੇ ਨਾ ਇੱਕ ਦੂਜੇ ਤੇ ਟਿੱਪਣੀ ਕਰਦੇ ਕੇਵਲ ਗੁਰੂ ਦੀ ਗੱਲ ਗੁਰਬਾਣੀ ਦੀ ਗੱਲ ਇਤਿਹਾਸ ਦੀ ਗੱਲ ਕਰਦੇ ਤੇ ਅੱਜ ਇੱਕ ਜੇ ਬੰਦਾ ਕੋਈ ਗੱਲ ਕਰਦਾ ਤੇ 10 ਜਾਣੇ ਉਹਦੇ ਖਿਲਾਫ ਗੱਲ ਕਰਦੇ ਵੀ ਇਹਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਸੀ ਕਾਰਨਯਾ ਟਿੱਪਣੀ ਕਰਨੀ ਬੜੀ ਸੌਖੀ ਹੈ ਪਰ ਮਿਹਨਤ ਕਰਕੇ ਵਿਦਿਆ ਲੈਣੀ ਬੜੀ ਔਖੀ ਹੈ ਬਚਨ ਇਥੋਂ ਸ਼ੁਰੂ ਹੋਇਆ ਹੈ ਵੀ ਜੇ ਜਿੰਨਾ ਚਿਰ ਪੜ੍ਹਨਾ ਨਹੀਂ ਆਉਂਦਾ ਉਹਨਾਂ ਚ ਰ ਅਰਥ ਨਹੀਂ ਕਰ ਸਕਦਾ ਹੁਣ ਇਹ ਕਵਤਾ ਰਚੀ ਹੈ ਜਿੰਨਾ ਚਿਰ ਕਵਤਾ ਪੜ੍ਹਨੀ ਨਹੀਂ ਆਵੇਗੀ ਉਹਨਾਂ ਚ ਰੋ ਕਵੀ ਅਰਥ ਨਹੀਂ ਕਰ ਸਕੇਗਾ ਤੇ ਕਵਤਾ ਉਹਨੇ ਐਸਾ ਬਣਾ ਰਚੀ ਹੈ ਬੜੀ ਸੌਖੀ ਪਰ ਹੁਣ ਪੜ੍ਹਨੀ ਨਹੀਂ ਆਉਂਦੀ ਪਈ ਤੇ ਫਿਰ ਅਰਥ ਕਿਵੇਂ ਕਰੇ ਉਹਨੇ ਬਚਨ ਲਿਖਿਆ ਮੀਨ ਮਰੇ ਜਲ ਕੇ ਪਰਸੇ ਕਬਹੂ ਮਤਲਬ ਵੀ ਜੇ ਮੱਛੀ ਪਾਣੀ ਦੇ ਵਿੱਚ ਚਲੇ ਜਾਵੇ ਤੇ ਮੱਛੀ ਮਰ ਜਾਂਦੀ ਹੈ ਹੁਣ ਵਿਦਵਾਲ ਰਾਨ ਹੋ ਗਿਆ ਵੀ ਮੱਛੀ ਪਾਣੀ ਵੀ ਥੋੜੀ ਮਰਦੀ ਹੈ ਪਰ ਉਹਨੇ ਕਵਤਾ ਹੀ ਇਦਾਂ ਦੀ ਰਚੀ ਵੀ ਹੈ ਕਿ ਇਹ ਬੰਦੇ ਲੱਗ ਨਾ ਸਕੇ ਵੇਂਦਾ ਰਹੇ ਵੀ ਮੇਰੇ ਨਾਲ ਬੰਦਾ ਕੀ ਪਿਆ ਭਾਈ ਤਾਂ ਨਾਸਿੰਘ ਨੇ ਲਿਖਿਆ ਕਹਿਣ ਲੱਗੇ ਮੀਨ ਮਰੇ ਜਲ ਕੇ ਪਰਸੇ ਕਬਹੂ ਕਹਿਣ ਲੱਗੇ ਜੇ ਕਿਤੇ ਮੱਛੀ ਭੁੱਲ ਭਲੇਖੇ ਪਾਣੀ ਵਿੱਚ ਵੜ ਜਾਵੇ ਤੇ ਮੱਛੀ ਮਰ ਜਾਂਦੀ ਹੈ ਤੇ ਫਿਰ ਅੱਗੇ ਬਖਸ਼ਿਸ਼ ਕਰਦੇ ਹਨ ਨਾ ਮਰੇ ਪਰ ਪਾਪਕ ਪਾਏ ਤੇ ਦੂਜਾ ਬਚਨ ਆਖਿਆ ਵੀ ਜੇ ਮੱਛੀ ਨੂੰ ਕਿਤੇ ਤਵੇ ਤੇ ਰੱਖ ਦਈਏ ਜਾਂ ਅੱਗ ਦੇ ਵਿੱਚ ਮੱਛੀ ਪਾ ਦਈਏ ਤੇ ਫਿਰ ਮਰਦੀ ਨਹੀਂ ਹੈ ਉਹਨਾਂ ਗੱਲ ਉਲਟਾ ਹੈ ਕਵੀ ਸੋਚਾਂ ਵਿੱਚ ਪੈ ਗਿਆ ਵੀ ਇਹ ਕੀ ਹੋਇਆ ਸਗੋਂ ਮੱਛੀ ਪਾਣੀ ਵਿੱਚ ਜਿਉਂਦੀ ਹੁੰਦੀ ਹੁੰਦੀ ਹੈ ਤੇ ਅੱਗ ਵਿੱਚ ਸੜਦੀ ਹੈ ਤੇ ਕਵਤਾ ਉਹਨੇ ਇਸ ਤਰ੍ਹਾਂ ਬਣਾ ਦਿੱਤੀ ਕਹਿਣ ਲੱਗਾ ਮੱਛੀ ਪਾਣੀ ਵਿੱਚ ਵੜ ਜਾਵੇ ਤੇ ਮਰ ਜਾਂਦੀ ਹੈ ਪਰ ਜੇ ਮੱਛੀ ਨੂੰ ਕਿਤੇ ਚੁੱਲ੍ਹੇ 'ਚ ਪਾ ਦਈਏ ਬਲਦੀ ਅੱਗ 'ਚ ਤੇ ਫਿਰ ਨਹੀਂ ਮਰਦੀ ਇਥੇ ਕੋ ਪੰਕਤੀ ਰਚੀ ਹੈ ਅੱਗੇ ਫਿਰ ਬਖਸ਼ਿਸ਼ ਕਰਦੇ ਖਾਨਾ ਹਾਥੀ ਮਰੇ ਮਦਕੇ ਪਰਸੇ ਕਬ ਹੁ ਦੂਜਾ ਬਚਨ ਲਿਖਿਆ ਕਹਿਣ ਲੱਗੇ ਜੇ ਹਾਥੀ ਨੂੰ ਸ਼ਰਾਬ ਪਿਆਦੀਏ ਤੇ ਹਾਥੀ ਮਰ ਜਾਂਦਾ ਵੈਸੇ ਹਾਥੀ ਮਰਦਾ ਨਹੀਂ ਹੈ ਕੇਸਰੀ ਚੰਦ ਵੀ ਲਿਆਇਆ ਸੀ ਹਾਥਰੀ ਆਨੰਦਪੁਰ ਸਾਹਿਬ ਦਾ ਕਿਲਾ ਤੋੜਨ ਵਾਸਤੇ ਸ਼ਰਾਬ ਪਲਾ ਕੇ ਲਿਆਇਆ ਸੀ ਨਾ ਪਰ ਭਾਈ ਸਾਹਿਬ ਨੇ ਇਥੇ ਧੰਨਾ ਸਿੰਘ ਨੇ ਬਚਨ ਲਿਖਿਆ ਕਹਿਣ ਲੱਗੇ ਵੀ ਹਾਥੀ ਸ਼ਰਾਬ ਪਿਆਦੀਏ ਤੇ ਮਰ ਜਾਂਦਾ ਹੈ ਇਹ ਅੱਗੇ ਬਚਨ ਕਰਦੇ ਹਨ ਨਾ ਮਰੇ ਤਨ ਤਾਪ ਕੇ ਆਏ ਪਰ ਜੇ ਹਾਥੀ ਨੂੰ ਬੁਖਾਰ ਹੋ ਜਾਵੇ ਤੇ ਫਿਰ ਹਾਥੀ ਨਹੀਂ ਮਰਦਾ ਹੈ ਗੁਰਮੁਖੋ ਗੱਲ ਉਲਟੀ ਹੈ ਹਾਥੀ ਬੁਖਾਰ ਹੋਇਆ ਮਰ ਜਾਂਦਾ ਹੈ ਪਰ ਸ਼ਰਾਬ ਪੀਤਿਆ ਨਹੀਂ ਮਰਦਾ ਤੇ ਕਵਤਾ ਉਹਨੇ ਇਸ ਤਰ੍ਹਾਂ ਲਿਖੀ ਹੈ ਕਹਿਣ ਲੱਗਾ ਹਾਥੀ ਮਰੇ ਮਦ ਕੇ ਵਰਸੇ ਕਬਹੂ ਜੇ ਹਾਥੀ ਨੂੰ ਸ਼ਰਾਬ ਪਿਆ ਦਿਓ ਤੇ ਉਹ ਜਾਂਦਾ ਜੇ ਮਰ ਨਾ ਮਰੇ ਤਨ ਤਾਪ ਕੇ ਆਏ ਪਰ ਜੇ ਤਾਪ ਚੜ ਜਾਵੇ ਫਿਰ ਹਾਥੀ ਨਹੀਂ ਮਰਦਾ ਹੁਣ ਗੱਲ ਇਹ ਵੀ ਉਲਟ ਹੈ ਮੱਛੀ ਵਾਲੀ ਹੈ ਚੰਦਨ ਕਵੀ ਸੋਚਦਾ ਪਿਆ ਵੀ ਮੈਂ ਕਿੱਥੇ ਆ ਕੇ ਮੱਥਾ ਲਾ ਬੈਠਾ ਇਹ ਤੇ ਘਾਪਉਣ ਵਾਲੀ ਐ ਇਹੋ ਜੀਆਂ ਟੇਡੀਆਂ ਗੱਲਾਂ ਕਰਦੇ ਫਿਰ ਅੱਗੇ ਬਚਨ ਬਖਸ਼ਿਸ਼ ਕਰਦੇ ਹਨ ਜੀ ਮਰੇ ਪੀਆ ਕੇ ਪਰਸੇ ਕਬ ਹੂੰ ਤੀਜਾ ਬਚਨ ਲਿਖਿਆ ਕਹਿਣ ਲੱਗੇ ਵੀ ਜੇ ਪਤੀ ਪਤਨੀ ਇਕੱਠੇ ਬੈਠ ਜਾਣ ਤੇ ਉਹ ਵਰ ਜਾਂਦੇ ਉਹਨਾਂ ਨੂੰ ਮੌਤ ਹੋ ਜਾਂਦੀ ਉਹ ਵਰ ਜਾਂਦੇ ਹਨ ਨਾ ਮਰੇ ਪਰਦੇਸ ਸਿਧਾਏ ਪਰ ਜੇ ਉਸ ਬੀਬੀ ਦਾ ਪਤੀ ਪਰਦੇਸ ਚਲਾ ਜਾਵੇ ਤੇ ਫਿਰ ਨਹੀਂ ਉਹ ਮਰਦੀ ਐ ਫਿਰ ਚੰਗੀ ਪਲੀ ਹੋ ਜਾਂਦੀ ਐ ਠੀਕ ਰਹਿੰਦੀ ਐ ਹੁਣ ਕਵੀ ਇੱਥੇ ਵੀ ਆ ਕੇ ਫਸ ਗਿਆ ਵੀ ਇਹ ਗੱਲ ਉਲਟੀ ਹੈ ਸਗੋਂ ਇਕੱਠੇ ਰਹਿਣ ਨਾਲ ਤਾਂ ਜ਼ਿੰਦਗੀ ਸਗੋਂ ਵੱਜਦੀ ਹੈ ਤੇ ਦੂਰ ਜਾਣ ਨਾਲ ਸਗੋਂ ਵਿਛੋੜੇ ਨਾਲ ਦੁੱਖ ਹੁੰਦਾ ਪਰ ਬਚ ਨਹੀਂ ਆ ਗਿਆ ਵੀ ਜਦੋਂ ਇਕੱਠੇ ਬੈਠਦੇ ਉਦੋਂ ਮਰ ਜਾਂਦੇ ਜੇਕਰ ਤੇ ਉਹ ਵਿਦੇਸ਼ ਚਲੇ ਜਾਵੇ ਉਹਦਾ ਪਤੀ ਤੇ ਫਿਰ ਉਹ ਚੰਗੀ ਭੱਲੀ ਰਹਿੰਦੀ ਹੈ ਗੂੜ ਮੈਂ ਬਾਤ ਕਹੀ ਦਿਜਰਾਜ ਉਸ ਵੇਲੇ ਭਾਈ ਧਨਜੀ ਕਹਿਣ ਲੱਗੇ ਐ ਚੰਦਨ ਕਵੀ ਜੀ ਇਹ ਗੱਲ ਬੜੀ ਗੂੜੀ ਹੈ ਤੇ ਚੰਗੀ ਤਰ੍ਹਾਂ ਸਮਝ ਲੈਣਾ ਕਿ ਚਾਰ ਸਕੇ ਨਾ ਬਿਨਾਂ ਚਿਤ ਲਾਏ ਇਹ ਤੈਨੂੰ ਚਿਤ ਲਾਉਣ ਤੋਂ ਬਿਨਾ ਵਿਚਾਰੀ ਨਹੀਂ ਜਾਣੀ ਹੈ ਚੰਗੀ ਤਰ੍ਹਾਂ ਪਹਿਲਾਂ ਵਿਚਾਰ ਸੋਚ 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 ਕੇ ਦਾ ਅਰਥ ਕੱਢ ਵੀ ਮਤਲਬ ਕੀ ਬਣਦਾ ਹੈ ਜਿੰਨਾ ਚਿਰ ਕਵਤਾ ਨੂੰ ਸਮਝੇਗਾ ਨਹੀਂ ਉਨਾਂ ਚਿਰ ਤੂੰ ਅਰਥ ਨਹੀਂ ਕਰ ਸਕਿਆ ਜਿਸ ਤਰ੍ਹਾਂ ਆਪਾਂ ਕੋਈ ਕੰਮ ਕਰਦੇ ਆ ਫਿਰ ਵੰਗਾਰੀ ਦਾ ਨਾ ਜਦੋਂ ਵੇਖੀਦਾ ਵੀ ਇਹ ਮਾੜਾ ਪੈਂਦਾ ਪਿਆ ਫਿਰ ਵੰਗਾਰੀ ਦਾ ਵੀ ਤਗੜਾ ਹੋ ਤੈਨੂੰ ਕੀ ਹੋ ਗਿਆ ਪਿੱਛੇ ਕਿਉਂ ਹਟਦਾ ਪਿਆ ਇੱਥੇ ਫਿਰ ਭਾਈ ਧਨਨਾ ਸਿੰਘ ਨੇ ਵੰਗਾਰਿਆ ਨੂੰ ਕਹਿਣ ਲੱਗੇ ਉਹ ਕਵੀਆ ਤੇਰੀ ਕਵਤਾ ਦੇ ਅਰਥ ਤੇ ਕੀਤੇ ਪਰ ਮੇਰੀ ਕਵਤਾ ਦੇ ਅਰਥ ਇਸ ਤਰ੍ਹਾਂ ਨਹੀਂ ਹੋਣੇ ਜਿੰਨਾ ਚਿਰ ਵਿਚਾਰਦਾ ਨਹੀਂ ਉਹਨਾਂ ਚਿਰ ਗੱਲ ਸਮਝ ਨਹੀਂ ਪੈਣੀ ਹੈ। ਕੌਣ ਮਰੇ ਰੱਬ ਕੇ ਪਰਸੇ ਕਬਹੂੰ ਤੇ ਚੌਥਾ ਬਚਨ ਫਿਰ ਲਿਖਿਆ ਕਹਿਣ ਲੱਗੇ ਵੀ ਜੇਕ ਤੇ ਸੂਰਜ ਚੜ ਜਾਵੇ ਤੇ ਕਮਲ ਦਾ ਫੁੱਲ ਮਰ ਜਾਂਦਾ ਉਹਨੂੰ ਵੇਖ ਕੇ। ਹੁਣ ਕਵੀ ਇੱਥੇ ਵੀ ਸੋਚਦਾ ਪਿਆ ਵੀ ਸਗੋਂ ਸੂਰਜ ਚੜਨ ਦੇ ਨਾਲ ਤੇ ਕਮਲ ਦਾ ਫੁੱਲ ਖਿੜ ਜਾਂਦਾ। ਪਰੇ ਕਵਤਾ ਵਿੱਚ ਭਾਈ ਧੰਨਾ ਸਿੰਘ ਕਹਿ ਰਹੇ ਨੇ ਕੌਲ ਮਰੇ ਕੌਲ ਨਾਮ ਕਮਲ ਫੁੱਲ ਦਾ ਵੀ ਕਮਲ ਫੁੱਲ ਮਰ ਜਾਂਦਾ ਕਿਉਂ ਮਰਦਾ ਰਬ ਕੇ ਪਰਸੇ ਕਬਹੂ ਵਿੱਚ ਸੂਰਜ ਚੜਿਆ ਤੇ ਕਮਲ ਦਾ ਫੁੱਲ ਟੁੱਟ ਗਿਆ ਮਰ ਜਾ ਗਿਆ ਖਤਮ ਹੋ ਗਿਆ ਪਰ ਗੱਲ ਤੇ ਠੀਕ ਨਹੀਂ ਐ ਸਗੋ ਕਮਲ ਦਾ ਫੁੱਲ ਤੇ ਖਿੜ ਜਾਂਦਾ ਸੂਰਜ ਨੂੰ ਵੇਖ ਕੇ ਇਹ ਕਿਸ ਤਰ੍ਹਾਂ ਦੀ ਟੇਢੀ ਕਵਤਾ ਹੈ ਜਿਹੜੀ ਮੇਰੀ ਸਮਝ ਵਿੱਚੋਂ ਬਾਹਰ ਹੈ ਨਾਮ ਮਰੇ ਸਸਕੀ ਸ਼ਬ ਪਾਏ ਅਤੇ ਦੂਜਾ ਬਚਨ ਲਿਖਿਆ ਜੇ ਚੰ드ਰਮਾ ਚੜ ਜਾਵੇ ਤੇ ਚੰ드ਰਮਾ ਦੀਆਂ ਕਿਰਨਾਂ ਦੇ ਨਾਲ ਕਮਲ ਦਾ ਫੁੱਲ ਸਗੋ ਖਿੜ ਜਾਂਦਾ ਹੈ ਉਹਦੇ ਵਿੱਚ ਉਹ ਸੁਗੰਧੀ ਆਉਣ ਲੱਗ ਪੈਂਦੀ ਹੈ ਉਹ ਬੜਾ ਸੋਹਣਾ ਲੱਗਣ ਲੱਗ ਪੈਂਦਾ ਹੈ ਚੰਦਨ ਕਵੀ ਇੱਥੇ ਸੋਚਦਾ ਪਿਆ ਵੀ ਇਹ ਗੱਲ ਤੇ ਹੈ ਉਲਟੀ ਅਸਲ ਵਿੱਚ ਸੂਰਜ ਚੜਨ ਦੇ ਨਾਲ ਕਮਲ ਦਾ ਫੁੱਲ ਖਿੜਦਾ ਹੈ ਤੇ ਚੰ드ਰਮਾ ਚੜਨ ਦੇ ਨਾਲ ਕਮਲ ਦਾ ਫੁੱਲ ਮਰ ਜਾਉਂਦਾ ਹੈ ਹੁਣ ਬਚਨ ਤੇ ਸਹੀ ਹੈ ਇਹ ਪਰ ਕਵਤਾ ਜਿਸ ਤਰ੍ਹਾਂ ਦੀ ਹੈ ਕਵਤਾ ਇਹ ਗੱਲ ਕਹਿ ਰਹੀ ਹੈ ਬਿ ਸੂਰਜ ਚੜ੍ਹਿਆ ਹੈ ਤੇ ਕਮਲ ਦਾ ਫੁੱਲ ਮੁਰਝਾ ਗਿਆ ਖਤਮ ਹੋ ਗਿਆ ਤੇ ਚੰਦਰਮਾ ਚੜ੍ਹਿਆ ਤੇ ਕਮਲ ਦਾ ਫੁੱਲ ਖਿੜ ਗਿਆ ਕਵਤਾ ਦੇ ਇਸ ਤਰ੍ਹਾਂ ਦੇ ਅਰਥ ਬਣਦੇ ਪਏ ਹੁਣ ਅਰਥ ਸਮਝ ਨਹੀਂ ਆਉਂਦਾ ਕਿਉਂਕਿ ਚਾਰ ਪੰਕਤੀਆਂ ਇੱਕ ਮੱਛੀ ਦੀ ਉਦਾਹਰਨ ਹੈ ਇੱਕ ਹਾਥੀ ਦੀ ਉਦਾਹਰਨ ਹੈ ਇੱਕ ਇਸਤਰੀ ਦੀ ਉਦਾਹਰਨ ਦਿੱਤੀ ਹੈ ਤੇ ਚੌਥੀ ਉਦਾਹਰਨ ਜਿਹੜੀ ਹੈ ਉਹ ਕਮਲ ਫੁੱਲ ਦੀ ਦਿੱਤੀ ਹੈ ਤੇ ਨਾਲੇ ਭਾਈ ਧਨ ਸਿੰਘ ਜੀ ਉਸ ਨੂੰ ਸਮਝਾਉਂਦੇ ਪੈ ਵੀ ਇਹਦਾ ਭਾਵ ਅਰਥ ਜਿਹੜਾ ਉਹ ਕਰਨਾ ਕਰੋ ਮਿੱਤਰ ਮਰੇ ਮਿਤਕੇ ਮਿਲਵੇ ਕਬ ਹੂੰ ਤੇ ਅਗਲਾ ਬਚਨ ਇਹ ਕੀਤਾ ਕਹਿਣ ਲੱਗੇ ਜੇ ਮਿੱਤਰ ਨੂੰ ਮਿੱਤਰ ਮਿਲੇ ਕੋਈ ਪੱਕਾ ਪਗਵਟ ਭਰਾ ਬਣਿਆ ਆਵੇ ਗੂੜਾ ਯਾਰ ਬਣਿਆ ਆਵੇ ਤੇ ਮਿੱਤਰ ਨੂੰ ਮਿੱਤਰ ਮਿਲੇ ਤੇ ਉਹ ਮਿਲ ਕੇ ਆਪਸ ਵਿੱਚ ਮਰ ਜਾਂਦੇ ਦੋਨਾਂ ਜਾਣਿਆਂ ਨੂੰ ਮੌਤ ਆ ਜਾਂਦੀ ਦੋਨੇ ਹੀ ਮਰ ਗਏ ਮਿੱਤਰ ਮਿਲੇ ਕਈ ਸਾਲਾਂ ਬਾਅਦ ਹੈ ਬੜੇ ਗੂੜੇ ਮਿੱਤਰ ਪੱਕੇ ਮਿੱਤਰ ਨੇ ਪਰ ਜਦੋਂ ਆਪਸ ਵਿੱਚ ਮਿਲ ਪਏ ਤੇ ਉਹ ਦੋਨੇ ਜਾਣੇ ਮਰ ਗਏ ਹਨ ਨਾ ਮਰੇ ਜਦ ਦੂਰ ਸਿਧਾਏ ਪਰ ਜੇ ਇੱਕ ਮਿੱਤਰ ਦੂਜੇ ਮਿੱਤਰ ਤੋਂ ਦੂਰ ਚਲੇ ਜਾਵੇ ਕਿਸੇ ਦੇਸ਼ ਵਿਦੇਸ਼ ਚਲੇ ਜਾਵੇ ਦੂਜੀ ਧਰਤੀ ਤੇ ਪਹੁੰਚ ਜਾਵੇ ਤੇ ਫਿਰ ਨਹੀਂ ਉਹ ਵਰਦੇ ਫਿਰ ਚੰਗੇ ਭਲੇ ਰਹਿੰਦੇ ਹੁਣ ਕਵੀ ਇੱਥੇ ਵੀ ਪਰੇਸ਼ਾਨ ਹੈ ਵੀ ਮਿੱਤਰ ਨੂੰ ਮਿੱਤਰ ਮਿਲੇਗਾ ਤੇ ਸਗੋ ਜਿਉਂਦਾ ਰਹੇਗਾ ਮਿੱਤਰਾਂ ਦਾ ਵਿਛੋੜਾ ਪਵੇਗਾ ਤੇ ਤਾਂ ਉਹਨਾਂ ਦਾ ਮਰਣਾ ਹੁੰਦਾ ਪਰ ਭਾਈ ਧਰਨਾ ਸਿੰਘ ਕਹਿ ਰਹੇ ਨੇ ਵੀ ਜਦੋਂ ਮਿੱਤਰ ਨਾਲ ਮਿੱਤਰ ਮਿਲਦਾ ਤੇ ਉਹ ਮਰ ਜਾਂਦੇ ਆਪਸ ਵਿੱਚ ਇੱਕ ਦੂਜੇ ਨੂੰ ਗੱਲ ਲਾ ਕੇ ਤੇ ਜੇ ਮਿੱਤਰ ਵਿਦੇਸ਼ ਚਲਾ ਜਾਵੇ ਤੇ ਸਭ ਕੋ ਚੰਗਾ ਭਲਾ ਹੋ ਜਾਂਦਾ ਠੀਕ ਹੋ ਜਾਂਦਾ ਜੇ ਮੈਂ ਅਰਥ ਇਹ ਕਰਾਂਗਾ ਤੇ ਇਹ ਗੱਲ ਪੁੱਗਣੀ ਨਹੀਂ ਹੈ ਬੰਨੀ ਨਹੀਂ ਹੈ ਠੀਕ ਨਹੀਂ ਹੋਵੇਗਾ ਇਹਦਾ ਅਰਥ ਇਸ ਤਰ੍ਹਾਂ ਬੰਨਾ ਨਹੀਂ ਹੈ ਸਿੰਘ ਮਰੇ ਜਬ ਮਾਸ ਮਿਲੇ ਕਬ ਹੂੰ ਉਸ ਵੇਲੇ ਅਗਲਾ ਵਚਨ ਕੀਤਾ ਕਹਿਣ ਲੱਗੇ ਸਿੰਘ ਨਾਮ ਸ਼ੇਰ ਦਾ ਹੈ ਪਾਈ ਦਾ ਨਾ ਸਿੰਘ ਨੇ ਲਿਖਿਆ ਕਹਿਣ ਲੱਗੇ ਸਿੰਘ ਮਰੈ ਸ਼ੇਰ ਮਰ ਜਾਂਦਾ ਕਿਉਂ ਮਰ ਜਾਂਦਾ ਜਦ ਮਾਸ ਮਿਲੇ ਜਦੋਂ ਉਹਨੂੰ ਖਾਣ ਵਾਸਤੇ ਮਾਸ ਮਿਲੇ ਤੇ ਸ਼ੇਰ ਮਰ ਜਾਂਦਾ ਹੈ ਭਲਾ ਸ਼ੇਰ ਕਿਉਂ ਮਰੇਗਾ ਮਾਸ ਮਿਲਣ ਤੇ ਸ਼ੇਰ ਤੇ ਸਗੋਂ ਤਗੜਾ ਹੋਵੇਗਾ ਮਾਸ ਖਾ ਕੇ ਮਰੇਗਾ ਥੋੜੀ ਕਿਉਂਕਿ ਸ਼ੇਰ ਦਾ ਭੋਜ ਨਹੀਂ ਮਾਸ ਖਾਣਾ ਹੈ ਪਰ ਕਵਤਾ ਇਹ ਗੱਲ ਕਹਿੰਦੀ ਪਈ ਹੈ ਵੀ ਜੇ ਸ਼ੇਰ ਨੂੰ ਮਾਸ ਮਿਲੇ ਤੇ ਸ਼ੇਰ ਮਾਸ ਖਾ ਕੇ ਮਰ ਜਾਂਦਾ ਇਸ ਤਰ੍ਹਾਂ ਦੀ ਕਵਤਾ ਭਾਈ ਧੰਨਾ ਸਿੰਘ ਸੁਣਾਉਂਦੇ ਹਨ। ਆ ਮਰੇ ਜਬ ਹੱਥ ਨਾ ਆਏ ਦੂਜਾ ਬਚਨ ਇਹ ਲਿਖਿਆ ਜੇ ਸ਼ੇਰ ਨੂੰ మాਸ ਨਾ ਮਿਲੇ ਉਹ ਭੁੱਖਾ ਰਵੇ ਫਿਰ ਨਹੀਂ ਉਹ ਮਰਦਾ ਫਿਰ ਉਹ ਠੀਕ ਠਾਕ ਰਹਿੰਦਾ ਹੈ। ਹੁਣ ਬਚਨ ਇਹ ਵੀ ਉਹ ਮੱਛੀ ਦੇ ਪ੍ਰਸੰਗ ਵਾਲਾ ਉਲਟਾ ਹੀ ਹੈ ਵੀ ਸਗੋਂ మాਸ ਖਾ ਕੇ ਤੇ ਉਹ ਜਿਉਂਦਾ ਰਹੇਗਾ ਕਿਉਂਕਿ ਉਹਦੀ ਖੁਰਾਕ మాਸ ਖਾਣਾ ਹੈ। మాਸ ਤੋਂ ਭੁੱਖਾ ਰਹੇਗਾ ਤੇ ਉਹ ਮਰ ਜਾਵੇਗਾ। ਇਹ ਤੇ ਅਰਥ ਸਹੀ ਬਣਿਆ। ਪਰ ਕਵਤਾ ਨਹੀਂ ਇਸ ਤਰ੍ਹਾਂ ਅਰਥ ਬਣਾਉਂਦੀ ਭਈ ਕਵਤਾ ਇਹ ਗੱਲ ਕਹਿੰਦੀ ਆ ਵੀ ਜੇ ਸ਼ੇਰ ਨੂੰ మాਸ ਮਿਲੇ ਤੇ ਉਹ ਮਰਦਾ ਹੈ ਤੇ ਭੁੱਖਾ ਰਹੇ ਤੇ ਉਹ ਠੀਕ ਰਹਿੰਦਾ ਹੈ ਇਸ ਤਰ੍ਹਾਂ ਭਾਈ ਧੰਨਾ ਸਿੰਘ ਜੀ ਬਚਨ ਲਿਖਦੇ ਹਨ ਗੂੜ ਮੈਂ ਬਾਤ ਕਹੀ ਦਿਜਰਾਜ ਉਸ ਵੇਲੇ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ ਇਹ ਦਿਜਰਾਜ ਇਹ ਚੰਦਨ ਕਵੀ ਬ੍ਰਾਹਮਣ ਜੀ ਇਹ ਬੜੇ ਬਚਨ ਡੂੰਗੇ ਨੇ ਹੈ ਡੂਗੇ ਨਹੀਂ ਉਹਨੂੰ ਡਰਾਉਂਦਾ ਪਿਆ ਹੋਰ ਵੀ ਇਹ ਪਹਿਲਾਂ ਡਰਿਆ ਬੈਠਾ ਹੋਰ ਡਰਾਉ ਜਿੰਨਾ ਡਰਦਾ ਜਿੰਨਾ ਇਹ ਡਰੇਗਾ ਉਹਨਾਂ ਆਪਣੇ ਕੰਮ ਤੋਂ ਬਾਹਰ ਹੋਵੇਗਾ ਉਹਨੀ ਇਹਦੀ ਮਤ ਕੰਮ ਨਹੀਂ ਕਰੇਗੀ ਉਹਨਾਂ ਕੰਮ ਵਿਗੜੇਗਾ ਜਿੱਦਾਂ ਡਰੇਗਾ ਕਵਤਾ ਹੈ ਬੜੀ ਸਿੱਧੀ ਹੈ ਪਰ ਉਤੋਂ ਹੋਰ ਡਰਾਵਾ ਦਿੱਤਾ ਕਹਿਣ ਲੱਗੇ ਕਵੀ ਜੀ ਇਹ ਕਵਤਾ ਹੈ ਬੜੀ ਡੂੰਗੀ ਹੈ ਚੰਗੀ ਤਰ੍ਹਾਂ ਤੈਨੂੰ ਵਿਚਾਰ ਨਹੀਂ ਪਵੇਗੀ ਸੋਚ ਨਹੀਂ ਪਵੇਗੀ ਉਹਦੇ ਦਿਮਾਗ ਤੇ ਹੋਰ ਜੋਰ ਪਾਇਆ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਡਰ ਕੇ ਸਗੋ ਕੰਮ ਵਿਗੜੇ ਸਦਾ ਨਾ ਹੋਵੇ ਇਹ ਬਚਨ ਬੜੇ ਡੂੰਘੇ ਹਨ ਵਿਚਾਰ ਸਕੇ ਨਾ ਬਿਨਾ ਚਿਤ ਲਾਏ ਜਿੰਨਾ ਚਿਰ ਇਹਨਾਂ ਨੂੰ ਚਿਤ ਲਾ ਕੇ ਨਹੀਂ ਨਾ ਵਿਚਾਰਿਆ ਜਾਂਦਾ ਚੰਗੀ ਤਰ੍ਹਾਂ ਨਹੀਂ ਸੋਚਿਆ ਜਾਂਦਾ ਉਹਨਾਂ ਚਿਰ ਇਹ ਗੱਲ ਬੰਨੀ ਨਹੀਂ ਹੈ ਤੇਰੇ ਕੋਲ ਅਰਸੇ ਦੇ ਨਹੀਂ ਹੋਣਗੇ ਇਹ ਪੂਰੇ ਦਾ ਪੂਰਾ ਸਵਈਆ ਹੈ ਇਹਦੇ ਦੋ ਪਹਿਰੇ ਨੇ ਦੋ ਹੀ ਪਹਿਰੇ ਰਚੇ ਪਹਿਰੇ ਦੇ ਹੋਰ ਵੀ ਰਚੇ ਸਨ ਪਰ ਆਪਾਂ ਇਤਿਹਾਸ ਦੇ ਵਿੱਚ ਇਹ ਦੋ ਬਚਨ ਇੱਥੇ ਦੋ ਪੈਰੇ ਤਾਂ ਕਿ ਐਨ ਵੀ ਇੱਥੋਂ ਹੀ ਪਤਾ ਲੱਗ ਜਾਣਾ ਵੀ ਇਹ ਕਵੀ ਅਰਥ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਹੈ ਭਾਈ ਧੰਨਾ ਸਿੰਘ ਨੇ ਐਸੀ ਕਵਤਾ ਰਚ ਦਿੱਤੀ ਹੈ ਸੁਣਾ ਦਿੱਤੀ ਹੈ ਚੌਪਈ ਧੰਨਾ ਸਿੰਘ ਬਣਾਏ ਸੁਣਾਏ ਭਾਈ ਧੰਨਾ ਸਿੰਘ ਨੇ ਮਹਾਰਾਜ ਦੀ ਅਗਿਆ ਸੀ ਪੂਰੀ ਕਵਤਾ ਬਣਾ ਕੇ ਚੰਦਨ ਕਵੀ ਨੂੰ ਵੀ ਸੁਣਾਈ ਹੈ ਸਾਰੀ ਸੰਗਤ ਨੂੰ ਵੀ ਸੁਣਾਈ ਹੈ ਮਹਾਰਾਜ ਨੇ ਵੀ ਸੁਣੀ ਹੈ ਸਾਰਿਆਂ ਨੇ ਉਹ ਕਵਤਾ ਚੰਗੇ ਤਰੀਕੇ ਨਾਲ ਸੁਣ ਲਈ ਹੈ ਚੰਦਨ ਕਵਤੇ ਅਰਥ ਨਾ ਆਏ ਉਸ ਵੇਲੇ ਸਾਰੇ ਜਾਣੇ ਚੰਦਨ ਕਵੀ ਵੱਲ ਵੇਖਣ ਲੱਗ ਪਏ ਵੀ ਹੁਣ ਇਹ ਅਰਥ ਕਰੇਗਾ ਪਰ ਉਹਨੂੰ ਕਵਤਾ ਹੀ ਨਹੀਂ ਸਮਝ ਆਈ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਇਹਨੂੰ ਪੜ੍ਹਨਾ ਕਿਵੇਂ ਹੈ ਨਹੀਂ ਪੜ੍ਹ ਸਕਿਆ ਚੰਦਨ ਕਵੀ ਅਰਥ ਨਹੀਂ ਕਰ ਸਕਿਆ ਸਾਰੇ ਦੇਖਦੇ ਪਏ ਹੁਣ ਸ਼ਰਮ ਦੇ ਨਾਲ ਮੂੰਹ ਨੀਵਾ ਕਰ ਲਿਆ ਧੌਣ ਨੀਵੀਂ ਕਰਕੇ ਬੈਠਾ ਇੱਕ ਵੀ ਬਚਨ ਮੂੰਹੋਂ ਨਹੀਂ ਨਿਕਲਿਆ ਇੱਕ ਵੀ ਪੰਕਤੀ ਦੇ ਅਰਥ ਕਰ ਨਹੀਂ ਸਕਿਆ ਹੈ ਰਖੋ ਵਿਚਾਰ ਤ ਫਿਰ ਚਿਰ ਕਾਲਾ ਸਤਿਗੁਰੂ ਕਹਿਣ ਲੱਗੇ ਨਹੀਂ ਭਾਈ ਇਹਨੂੰ ਟਾਈਮ ਦਿਓ ਇਨੀ ਕਾਲੀ ਕਰਨ ਦੀ ਲੋੜ ਨਹੀਂ ਛੇਤੀ ਕਰਨ ਦੀ ਲੋੜ ਨਹੀਂ ਇਹਨੂੰ ਟਾਈਮ ਦਿਓ ਇਹ ਚੰਗੀ ਤਰ੍ਹਾਂ ਸੋਚ ਲਵੇ ਸੋਚ ਕੇ ਹੋ ਸਕਦਾ ਅਰਥ ਕਰੇਗਾ ਵਿਦਵਾਨ ਹੈ ਸਾਰੇ ਜਾਨੇ ਚੁੱਪ ਕਰਕੇ ਬੈਠੇ ਚੰਦਨ ਕਵੀ ਸੋਚਦਾ ਪਿਆ ਇਹਦਾ ਭਾਵ ਇਹ ਹੋ ਸਕਦਾ ਇਹਦਾ ਭਾਵ ਇਹ ਹੋ ਸਕਦਾ ਕਿੰਨਾ ਚਿਰ ਸੋਚਣ ਦਾ ਉਸ ਨੂੰ ਸਮਾਂ ਦਿੱਤਾ ਹੈ ਉਹਨਾਂ ਲੱਜ ਤਰ ਰਹੇ ਉਹ ਬਸਾਲਾ ਉਸ ਵੇਲੇ ਜਦੋਂ ਕਿੰਨਾ ਸਮਾਂ ਸੋਚਣ ਤੋਂ ਬਾਅਦ ਵੀ ਇਹਨੇ ਫਿਰ ਆਖਿਆ ਵੀ ਨਹੀਂ ਮਹਾਰਾਜ ਮੇਰੇ ਵਸ ਦੀ ਗੱਲ ਨਹੀਂ ਹੈ ਮੈਨੂੰ ਤੇ ਸਮਝ ਹੀ ਨਹੀਂ ਆਈ ਵੀ ਇਹਦਾ ਮੈਂ ਕਰਾਂ ਕੀ ਇਹ ਤੇ ਸਾਰੀ ਕਵਤਾ ਹੀ ਤੁਹਾਡੇ ਸਿੱਖ ਨੇ ਉਲਟੀ ਬਣਾ ਦਿੱਤੀ ਹੈ ਵੀ ਮੱਛੀ ਪਾਣੀ ਵਿੱਚ ਮਰ ਜਾਂਦੀ ਹੈ ਤੇ ਅੱਗ ਵਿੱਚ ਜਿਉਂਦੀ ਹੋ ਜਾਂਦੀ ਹੈ ਪਰ ਇਹ ਗੱਲ ਹੋ ਨਹੀਂ ਸਕਦੀ ਹੈ ਕਵਤਾ ਇਸ ਤਰ੍ਹਾਂ ਕਹਿ ਰਹੀ ਹੈ ਮਹਾਰਾਜ ਮੇਰੇ ਵਸ ਦੀ ਗੱਲ ਨਹੀਂ ਮੇਰੇ ਤੋਂ ਗੱਲ ਇਹ ਬਾਹਰੀ ਹੋ ਗਈ ਹੈ ਬੜਾ ਲਜਜਤ ਹੈ ਕੋਈ ਸਮਾਂ ਪਹਿਲਾਂ ਇਹ ਗੱਲ ਕਹਿ ਰਿਹਾ ਸੀ ਵੀ ਤੁਹਾਡੀ ਸਭਾ ਵਿੱਚ ਕੋਈ ਇਸ ਤਰ੍ਹਾਂ ਦਾ ਵਿਦਵਾਨ ਹੈ ਜਿਹੜਾ ਮੇਰੀ ਕਵਿਤਾ ਦੇ ਅਰਥ ਕਰੇ ਇਹਦੀ ਕਵਿਤਾ ਦੇ ਅਰਥ ਤੇ ਇੱਕ ਘਾਹ ਪਾਉਣ ਵਾਲੇ ਸਿੱਖ ਨੇ ਕਰ ਦਿੱਤੇ ਪਰ ਹੁਣ ਜਦੋਂ ਇੱਕ ਘਾਹ ਪਾਉਣ ਵਾਲੇ ਨੇ ਕਵਿਤਾ ਬਣਾਈ ਹੈ ਹੁਣ ਇਸ ਵਿਦਵਾਨ ਨੂੰ ਉਹਦੇ ਅਰਥ ਨਹੀਂ ਆਏ ਆਪਣੀ ਗੱਲ ਵਿੱਚ ਆ ਫਸਿਆ ਹੋਣ ਕਰਕੇ ਬੜਾ ਲਜਜਤ ਹੋਇਆ ਬੜਾ ਸ਼ਰਮਿੰਦਾ ਹੋਇਆ ਹੈ कि ਹੁਣ ਮੈਂ ਕੀ ਕਹਿਣਾ ਕਰਾਂ ਭਇਓ ਦੀਨ ਤਬ ਗੁਰ ਅਗਵਾਈ ਸਤਗੁਰਾਂ ਦੇ ਅੱਗੇ ਉਸ ਵੇਲੇ ਫਿਰ ਦੀਨ ਹੋ ਗਿਆ ਬੜੀ ਨਿਮਰਤਾ ਆ ਗਈ ਨੀਵਾ ਹੋ ਕੇ ਮਨ ਦਾ ਹੰਕਾਰ ਟੁੱਟਿਆ ਤੇ ਫਿਰ ਕਹਿੰਦਾ ਹੈ ਮੁਖ ਤੇ ਕਛੂ ਨ ਬੋਲਿਓ ਜਾਈ ਹੱਥ ਜੋੜ ਕੇ ਆਖਦਾ ਮਹਾਰਾਜ ਬਸ ਮੇਰੇ ਤੋਂ ਹੁਣ ਕੁਝ ਬੋਲਿਆ ਨਹੀਂ ਜਾਂਦਾ ਮੈਂ ਹੁਣ ਕੁਝ ਵੀ ਨਹੀਂ ਕਹਿ ਸਕਦਾ ਮੇਰੇ ਵਿੱਚ ਸਮਰੱਥਾ ਨਹੀਂ ਹੈ ਨਾ ਮੈਂ ਇਹਦੇ ਅਰਥ ਕਰ ਸਕਦਾ ਨਾ ਮੈਂ ਕੋਈ ਵੱਡਾ ਬਚਨ ਕਰ ਸਕਦਾ ਅੱਜ ਮੈਨੂੰ ਸਮਝ ਆ ਗਈ ਹੈ ਵੀ ਤੁਹਾਡੇ ਕਵੀ ਨਹੀਂ ਹੈ ਤੁਹਾਡੇ ਰਤਨ ਨੇ ਇਹ ਰਤਨ ਹਨ ਮੈਂ ਤੇ ਮਹਾਰਾਜ ਐਵੇਂ ਫੁਕੀ ਹੰਕਾਰ ਵਿੱਚ ਆ ਕੇ ਬੈਠਾ ਹਾਂ ਮਹਿਮਾ ਮਹਾਂਜਨ ਪ੍ਰਭ ਕੇ ਰੀ ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਮਹਿਮਾ ਬਹੁਤ ਵੱਡੀ ਹੈ ਮੈਂ ਸੁਣਿਆ ਸੀ ਦੂਰ ਦੂਰ ਧਰਤੀ ਤੇ ਲੋਕਾਂ ਤੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਵਾਨਾਂ ਦਾ ਬੜਾ ਸਨਮਾਨ ਕਰਦੇ ਪਾਤਸ਼ਾਹ ਮੈਂ ਉਹ ਸਨਮਾਨ ਕਰਾਉਣ ਦੀ ਇੱਛਾ ਨਾਲ ਤੁਹਾਡੇ ਕੋਲ ਆਇਆ ਸੀ ਵੀ ਮੈਂ ਔਖੀ ਜੀ ਕਵਤਾ ਸੁਣਾਵਾਂਗਾ ਮਹਾਰਾਜ ਜਾਣ ਲਣਗੇ ਵੀ ਮੈਂ ਬੜਾ ਵੱਡਾ ਵਿਦਵਾਨ ਹਾਂ ਤੇ ਮੈਨੂੰ ਇਨਾਮ ਮਿਲੇਗਾ ਮਹਾਰਾਜ ਮੈਂ ਤੇ ਇਨਾਮ ਦੇ ਚੱਕਰ ਵਿੱਚ ਆਇਆ ਤੁਹਾਡੀ ਮਹਿਮਾ ਸੁਣ ਕੇ ਪਰ ਇੱਥੇ ਆ ਕੇ ਮੈਨੂੰ ਪਤਾ ਲੱਗਾ ਵੀ ਤੁਸੀਂ ਇਨਾਮ ਵੀ ਫਿਰ ਵਿਦਵਾਨਾਂ ਨੂੰ ਵਿਦਿਆਵਾਨਾਂ ਨੂੰ ਹੀ ਦਿੰਦੇ ਹੋ ਹਰੇ ਸਾਰੇ ਨੂੰ ਨਹੀਂ ਦਿੰਦੇ ਹੋ ਇਹ ਮੈਂ ਇਸ ਗੱਲ ਨੂੰ ਜਾਣ ਲਿਆ ਹੈ ਬੇਨਤੀ ਕਰਤ ਭਇਓ ਤਿਸ ਬੇਰੀ ਉਸ ਵੇਲੇ ਸਤਿਗੁਰਾਂ ਨੂੰ ਫਿਰ ਬੇਨਤੀ ਕਰਨ ਲੱਗਾ ਸਤਿਗੁਰਾਂ ਨੂੰ ਫਿਰ ਆਖਦਾ ਹੈ ਜੇ 라ਵਰ ਕੀ ਚਰਨੀ ਲਾਗੇ ਮਹਾਰਾਜ ਸਾਹਿਬ ਜੀ ਕਿਰਪਾ ਕਰੋ ਜਿਹੜੇ ਲੋਕ ਤੁਹਾਡੇ ਚਰਨਾਂ ਦੇ ਨਾਲ ਲੱਗ ਜਾਂਦੇ ਤੁਹਾਡੇ ਪਵਿੱਤਰ ਚਰਨ ਜਿਹੜੇ ਇਹਨਾਂ ਚਰਨਾਂ ਦੇ ਨਾਲ ਆ ਕੇ ਗੁਰਮੁਖ ਲੱਗਦੇ ਹਨ ਮੂਰਖ ਵੀ ਚਾ ਤੁਰ ਬਡ ਭਾਗੇ ਸਤਿਗੁਰੂ ਪਾਤਸ਼ਾਹ ਉਹ ਮੂਰਖ ਵੀ ਭਾਵੇਂ ਕਿਉਣਾ ਹੋਣ ਦੁਨੀਆ ਇਹਨਾਂ ਨੂੰ ਮੂਰਖ ਕਹਿੰਦੀ ਹੋਵੇ ਦੁਨੀਆ ਵਿੱਚ ਉਹ ਮੂਰਖ ਹੋਣ ਪਰ ਜਿਹੜੇ ਚਲਨੀ ਲੱਗੇ ਨਾ ਤੁਲਸਾ ਦਾਸੀ ਵਰਗੇ ਜਿਹੜੇ ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਲੱਗੇ ਨਾ ਛਜੂ ਝੀਵਰ ਵਰਗੇ ਆ ਕੇ ਦੁਨੀਆਂ ਨਾਲ ਨੂੰ ਆਖਦੀ ਹੈ ਬੂਰਖ ਹੈ ਇਹ ਅਲਪੱਗ ਹਾਨੇ ਤੁਛ ਹਨ ਤੁਹਾਡੇ ਚਰਨਾਂ ਦੇ ਨਾਲ ਲੱਗਣ ਵਾਲੇ ਤੇ ਮਹਾਰਾਜ ਤਰ ਲੋਕੀ ਦਾ ਗਿਆਨ ਪ੍ਰਾਪਤ ਕਰ ਲੈਂਦੇ ਮਾਤਾ ਤ੍ਰਿਪਤਾ ਜੀ ਆਖਦੇ ਨਾ ਤੁਲਸਾ ਦਾਸੀ ਨੂੰ ਕਹਿਣ ਲੱਗੇ ਪੁੱਤਰ ਨੂੰ ਆਵਾਜ਼ 마ਰੋ ਪ੍ਰਸ਼ਾਦਾ ਤਿਆਰ ਹੈ ਤੇ ਆਪਾਂ ਇਹ ਵਚਨ ਕਈ ਵਾਰੀ ਸੁਣਿਆ ਹੈ ਵੀ ਤੁਲਸਾ ਜਿਸ ਵੇਲੇ ਆਵਾਜ਼ ਮਾਰਨ ਵਾਸਤੇ ਗਈ ਹੈ ਸਤਗੁਰੂ ਘਰ ਦੇ ਵਿਹੜੇ ਵਿੱਚ ਆਪਣੇ ਮੰਜੇ ਦੇ ਉੱਪਰ ਲੱਬੇ ਪਏ ਹੋਏ ਚਾਦਰ ਦੇ ਨਾਲ ਸਰੀਰ ਟਕਿਆ ਹੋਇਆ। ਮਹਾਰਾਜ ਦਾ ਇੱਕ ਚਰਨ ਬਾਹਰ ਹੈ, ਚਾਦਰ ਤੋਂ ਅੰਗੂਠਾ ਬਾਹਰ ਹੈ ਜਿਸ ਵੇਲੇ ਤੁਲਸਾ ਦਾਸੀ ਮਹਾਰਾਜ ਨੂੰ ਆਵਾਜ਼ਾ ਦੇਣ ਵਾਸਤੇ ਗਈ ਹੈ। ਮਹਾਰਾਜ ਦੇ ਚਰਨ ਵੇਖ ਕੇ ਇੰਨਾ ਪ੍ਰੇਮ ਆਇਆ ਮਨ ਵਿੱਚ, ਇੰਨਾ ਪ੍ਰੇਮ ਦੇ ਵਿੱਚ ਮਗਨ ਹੋਈ ਹੈ ਕਿ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਅੰਗੂਠਾ ਮੂੰਹ ਦੇ ਵਿੱਚ ਪਾ ਲਿਆ। ਸਤਗੁਰਾਂ ਦੇ ਚਰਨਾਂ ਦਾ ਅੰਗੂਠਾ ਮੂੰਹ ਦੇ ਵਿੱਚ ਪਾਉਣ ਦੇ ਨਾਲ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਸਤਿ ਸ੍ਰੀ ਅਕਾਲ ਕਿੰਨਾ ਲੋਕਾਂ ਦੀ ਸੋਝੀ ਲੈਣ ਤੋਂ ਮਗਰੋਂ ਇਹ ਜਾਣ ਲਿਆ ਵੀ ਮਹਾਰਾਜ ਤੇ ਕਿਸੇ ਆਪਣੇ ਸੇਵਕ ਦਾ ਬੇੜਾ ਪਾਰ ਕਰਦੇ ਪਏ। ਉਠਾਇਆ ਨਹੀਂ ਮਹਾਰਾਜ ਨੂੰ ਆਵਾਜ਼ ਨਹੀਂ ਚੁੱਪ ਕਰਕੇ ਵਾਪਸ ਆ ਕੇ ਆ ਕੇ ਦੱਸਿਆ ਕਹਿਣ ਲੱਗੇ ਮਾਤਾ ਜੀ ਉਹ ਇੱਥੇ ਨਹੀਂ ਉਹ ਕਿਸੇ ਸਿੱਖ ਦਾ ਕਿਸੇ ਆਪਣੇ ਪਿਆਰੇ ਦਾ ਕਿਸੇ ਸੇਵਕ ਦਾ ਬੇੜਾ ਬੰਨੇ ਲਾਉਂਦੇ ਪਏ। ਹੁਣ ਮਾਤਾ ਜੀ ਨੇ ਇਹ ਜਾਣਿਆ ਵੀ ਇਹਨੇ ਮਖੌਲ ਕੀਤਾ। ਕਿਉਂਕਿ ਗੁਰੂ ਪਾਤਸ਼ਾਹ ਜਿਆਦਾ ਸਮਾਂ ਘਰੇ ਰਹਿੰਦੇ ਨਾ ਕੰਮਕਾਰ ਨਹੀਂ ਕਰਦੇ ਮਾਤਾ ਨੂੰ ਇਹ ਹੋ ਗਿਆ ਵੀ ਮੇਰਾ ਪੁੱਤਰ ਵਿਹਲਾ ਰਹਿੰਦਾ ਤੇ ਇਹਨੇ ਵਿਹਲਾ ਜਾਣ ਕੇ ਮਖੌਲ ਕੀਤਾ ਵੀ ਇਹ ਤੇ ਬੇੜੇ ਬੰਨੇ ਲਾਉਂਦਾ ਪਿਆ ਮਾਤਾ ਜੀ ਨੇ ਜਾ ਕੇ ਆ ਬਾਹੂ ਫੜ ਕੇ ਹਲੂਣਿਆ ਸਤਗੁਰਾਂ ਨੂੰ ਉਠਾਇਆ ਤੇ ਮਾਤਾ ਜੀ ਕਹਿਣ ਲੱਗੇ ਕਹਿੰਦੇ ਪੁੱਤਰ ਹੁਣ ਤੇ ਦਾਸ ਵੀ ਮਖੌਲ ਕਰਨ ਲੱਗ ਪਿਆ ਘਰ ਦੇ ਨੌਕਰ ਵੀ ਮਖੌਲ ਕਰਦੇ ਅੱਗੇ ਤੇ ਲੋਕੀਂ ਕਰਦੇ ਸੀ ਬਾਹਰ ਅੰਦਰ ਕਿਤੇ ਗਲੀ ਬਾਜ਼ਾਰ ਹੁਣ ਤੇ ਘਰ ਦੇ ਵਿੱਚ ਨੌਕਰ ਵੀ ਮਿਹਣੇ ਮਾਰ ਕੇ ਮਖੌਲ ਕਰਦੇ ਸਤਗੁਰਾਂ ਨੇ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਹੈ ਤੇ ਮਾਤਾ ਜੀ ਨੇ ਦੱਸਿਆ ਕਹਿਣ ਲੱਗੇ ਤੁਲਸਾ ਦਾਸੀ ਇਹ ਗੱਲ ਕਹਿ ਰਹੀ ਹੈ ਵੀ ਤੁਸੀਂ ਕਿਸੇ ਸੇਵਕ ਦਾ ਬੇੜਾ ਬੰਨੇ ਲਾ ਰਹੇ ਹੋ ਜਦੋਂ ਬਚਨ ਸੁਣਿਆ ਮਹਾਰਾਜ ਨੇ ਮਹਾਰਾਜ ਜਾਣਦੇ ਬਚਨ ਤੇ ਸੱਚਾ ਇਹਨੂੰ ਤੇ ਪਤਾ ਲੱਗ ਗਿਆ ਸਤਗੁਰਾਂ ਨੇ ਸੁਭਾਵਕ ਹੀ ਕਹਿ ਦਿੱਤਾ ਕਹਿਣ ਲੱਗੇ ਮਾਤਾ ਜੀ ਇਹ ਤੇ ਕਮਲੀ ਹੈ ਇਹਨੂੰ ਕੀ ਪਤਾ ਹੈ ਇਹਦੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿਆ ਕਰੋ ਸਤਿਗੁਰਾਂ ਦਾ ਬਚਨ ਹੋਇਆ ਉਹ ਤੁਲਸਾ ਵਾਕਿਆ ਹੀ ਦੁਨਿਆਵੀ ਤੌਰ ਤੇ ਵਾਕਿਆ ਹੀ ਚੱਲੀ ਹੋ ਗਈ ਦੁਨਿਆਵੀ ਤੌਰ ਤੇ ਲੋਕ ਆਖਦੇ ਵੀ ਇਹ ਤੇ ਕਮਲੀ ਹੈ ਪਰ ਜਿਹੜਾ ਅੰਦਰ ਤ੍ਰਲੋਕੀ ਦਾ ਗਿਆਨ ਹੋਇਆ ਨ ਉਹ ਗਿਆਨ ਉਸੇ ਤਰ੍ਹਾਂ ਹੀ ਉਹਦੇ ਅੰਦਰ ਬਰਕਰਾਰ ਰਿਹਾ ਕਿਉਂਕਿ ਮਹਾਰਾਜ ਹੀ ਦਿੰਦਾ ਦੇ ਦੇਣ ਵਾਲੇ ਨੂੰ ਦਈ ਜਾਂਦੇ ਦੇ ਕੇ ਕਦੇ ਵਾਪਸ ਨਹੀਂ ਲੈਂਦੇ ਵੀ ਲਿਆ ਵਾਪਸ ਦੇ ਦੇ ਨਹੀਂ ਜਿੰਨੂੰ ਦੇ ਦਿੱਤਾ ਉਹਦਾ ਹੀ ਹੈ ਸਤਗੁਰਾਂ ਨੇ ਸੰਸਾਰੀ ਤੌਰ ਤੇ ਦੁਨੀਆ ਆਖਦੀ ਵੀ ਇਹ ਕਮਲੀ ਹੈ ਇਹਦੇ ਝੱਲੀ ਹੈ ਪਰ ਅੰਦਰ ਉਹਦੇ ਉਸੇ ਤਰ੍ਹਾਂ ਤ੍ਰਲੋਕੀ ਦਾ ਗਿਆਨ ਰਿਆ ਬ੍ਰਹਮ ਗਿਆਨ ਦੀ ਅਵਸਥਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਅੰਗੂਠੇ ਨੂੰ ਮੂੰਹ ਵਿੱਚ ਪਾਉਣ ਦੇ ਨਾਲ ਤੁਲਸਾ ਦਾਸੀ ਨੂੰ ਪ੍ਰਾਪਤ ਹੋਈ ਸੱਚਖੰਡ ਦੀ ਪ੍ਰਾਪਤੀ ਵਾਲੀ ਬਣੀ ਇੱਥੇ ਚੰਦਨ ਕਵੀ ਦਾ ਮਾਨ ਟੁੱਟਿਆ ਕਹਿਣ ਲੱਗਾ ਪਾਤਸ਼ਾ ਤੁਹਾਡੇ ਚਰਨਾਂ ਦੇ ਨਾਲ ਤੇ ਮੂਰਖ ਲੱਗ ਜਾਵੇ ਜੋ ਵਿਦਵਾਨ ਬਣ ਜਾਂਦਾ ਹੈ ਜਿ ਮਹਾਰਾਜ ਇਹ ਤੇ ਫਿਰ ਵੀ ਚੰਗੇ ਭਲੇ ਮਨੁੱਖ ਨੇ ਤੁਸੀਂ ਤੇ ਮੂਰਖਾਂ ਨੂੰ ਵਿਦਵਾਨ ਬਣਾ ਦਿਓ ਛੱਜੂ ਝੀਵਰ ਵਰਗਿਆਂ ਨੂੰ ਇਹ ਤੇ ਚੰਗੇ ਭਲੇ ਸਿੱਖ ਵਿਦਵਾਨ ਕਿਉਂ ਨਹੀਂ ਹੋ ਸਕਦੇ ਹਨ ਹੌਨ ਚਾਹ ਸੰਤਾ ਤਿੰਨ ਕੇਰੀ ਮਹਾਰਾਜ ਇਹਨਾਂ ਦੀ ਸਮਤਾ ਇਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਦੁਨੀਆਂ ਵਿੱਚ ਤੁਹਾਡੇ ਸਿੱਖ ਦੀ ਨਾਮ ਜਪਣ ਵਾਲੇ ਗੁਰਮੁਖ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ ਚਹੇ ਜੋ ਹੋਏ ਦਸ਼ਾ ਜਸ ਮੇਰੀ ਸਤਿਗੁਰੂ ਪਾਤਸ਼ਾਹ ਜਿਹੜਾ ਇਹਨਾਂ ਦੀ ਬਰਾਬਰੀ ਕਰੇਗਾ ਜਿਹੜਾ ਤੁਹਾਡੇ ਸਿੱਖਾਂ ਦੀ ਬਰਾਬਰੀ ਕਰੇਗਾ ਜਿਹੜਾ ਨਾਮ ਜਪਣ ਵਾਲੇ ਦੀ ਬਰਾਬਰੀ ਕਰੇਗਾ ਨਾ ਉਹਦੀ ਹਾਲਤ ਮੇਰੇ ਵਰਗੀ ਹੋਵੇਗੀ ਮੈਂ ਚਾਹਿਆ ਸੀ ਵੀ ਇਹਨਾਂ ਦੀ ਬਰਾਬਰੀ ਕਰਾਂ ਆ ਵੇਖੋ ਮੈਂ ਸਾਰੀ ਸੰਗਤ ਵਿੱਚ ਸ਼ਰਮਿੰਦਾ ਹੋਇਆ ਮੈਂ ਲਜਜਤ ਹੋਇਆ ਜਿਹੜਾ ਤੁਹਾਡੇ ਸਿੱਖ ਦੀ ਨਾਮ ਜਪਣ ਵਾਲੇ ਦੀ ਬਰਾਬਰੀ ਕਰੇਗਾ ਉਹ ਦੁਨੀਆ ਵਿੱਚ ਲਜਜਤ ਹੁੰਦਾ ਹੈ ਬੋਲਿਓ ਦੀਨ ਕਰਬ ਜਬ ਹਰਿ ਤੇ ਜਦੋਂ ਇਸ ਦਾ ਹੰਕਾਰ ਟੁੱਟਿਆ ਨਾ ਤੇ ਫਿਰ ਬੜੀ ਨਿਮਰਤਾ ਦੇ ਨਾਲ ਬਚਨ ਆਖਿਆ ਹੈ ਸ੍ਰੀ ਗੁਰੂ ਸੋਪੀ ਰੱਖ ਨ ਕਰਿਓ ਸਤਗੁਰਾਂ ਨੇ ਰੱਖ ਲਿਆ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਡਰਨਾ ਤੂੰ ਤੈਨੂੰ ਵੀ ਰੱਖ ਲੈਂਦੇ ਆਪਣੇ ਕੋਲ ਰੱਖ ਲਿਆ ਮਹਾਰਾਜ ਨੇ ਇਸੇ ਪ੍ਰਕਾਰ ਅਨਿਕ ਗੁਣਵੰਤੇ ਉਸ ਵੇਲੇ ਜਦੋਂ ਸਤਗੁਰਾਂ ਨੇ ਆਖਿਆ ਨਾ ਵੀ ਤੈਨੂੰ ਮਾਫ ਕੀਤਾ ਕੋਈ ਗੱਲ ਨਹੀਂ ਰੱਖ ਲਿਆ ਤੈਨੂੰ ਆਸੇ ਆਪਣੇ ਕਵੀਆਂ ਦੇ ਵਿੱਚ ਭਰਤੀ ਕਰ ਲਿਆ ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜਿਹੜੀ ਕਵਤਾ ਰਚੀ ਐ ਇਹਦੇ ਅਰਥ ਤੇ ਕਰਕੇ ਸੁਣਾ ਦਿਓ ਵੀ ਇਹਦਾ ਬਣਦਾ ਕੀ ਐ ਮੈਂ ਵੀ ਕਿਸੇ ਨੂੰ ਦੱਸਣ ਜੋਗਾ ਆਵਾ ਵੀ ਮੈਂ ਜਿੱਥੋਂ ਹਾਰ ਖਾ ਕੇ ਆਇਆ ਉਹ ਕਵਤਾ ਦੇ ਅਰਥ ਕੀ ਬਣਦੇ ਮਹਾਰਾਜ ਇਹਨਾਂ ਨੂੰ ਕਹੋ ਜਿਨ੍ਹਾਂ ਨੇ ਕਵਤਾ ਸੁਣਾਈ ਐ ਧੰਨਾ ਸਿੰਘ ਨੇ ਇਹ ਕਵਤਾ ਦੇ ਅਰਥ ਕੀ ਨੇ ਮੈਨੂੰ ਦੱਸ ਦਿਓ ਤਾਂ ਕਿ ਮੈਨੂੰ ਪਤਾ ਲੱਗੇ ਵੀ ਮੈਂ ਕਿੱਥੋਂ ਮਾਰ ਖਾਧੀ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣਿਆ ਬਚਨ ਸਤਿਗੁਰੂ ਕਹਿਣ ਲੱਗੇ ਧੰਨਾ ਸਿਆ ਇਹਦੇ ਵਸ ਦੀ ਗੱਲ ਨਹੀਂ ਐ ਇਨੂ ਅਰਥ ਕਰਕੇ 10 ਦੀ ਕਵਤਾ ਦੇ ਵੀ ਤੂੰ ਇਹਦਾ ਮਤਲਬ ਕੀ ਹੈ ਇੱਕ ਹਫਤਾ ਕਿਸ ਤਰ੍ਹਾਂ ਦੀ ਹੈ ਤੇ ਇਹਦਾ ਮਤਲਬ ਕੀ ਬਣੇਗਾ ਭਾਈ ਧੰਨਾ ਸਿੰਘ ਨੇ ਸੁਣੇ ਬਚਨ ਮਹਾਰਾਜ ਜੀਆਂ ਦੇ ਹੱਸ ਪਿਆ ਸੁਣ ਕੇ ਬਚਨ ਕਹਿਣ ਲੱਗਾ ਰੋ ਮਹਾਰਾਜ ਮੈਂ ਕਵਤਾ ਇਸੇ ਦੇ ਹੁਣੇ ਹੀ ਅਰਥ ਕਰ ਦਿੰਦਾ ਕੋਈ ਬਹੁਤੇ ਔਖੇ ਨਹੀਂ ਭਾਈ ਧੰਨਾ ਸਿੰਘ ਕਿਵੇਂ ਅਰਥ ਕਰਦੇ ਨੇ ਕਿਹੜੇ ਕਿਹੜੇ ਬਚਨ ਸੁਣਾਉਣਗੇ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਸਮੇਂ ਦੀ ਸਮਾਪਤੀ ਭੁਲਾ ਦੀ ਮਵਾफी ਬਚਨ ਉਪਦੇਸ਼ ਗੁਰੂ ਦਾ ਹਰਦੇ ਵਸੇ ਸਾਡਾ ਭਲਾ ਹੋਵੇ ਸਤਿਗੁਰੂ ਇਹ ਬਚਨ ਸੁਣਨਗੇ ਕਵੀ ਵੀ ਬਚਨ ਸੁਣੇਗਾ ਕਵਤਾ ਏ ਹੋਈ ਐ ਬਸ ਪੜਨ ਦਾ ਹੀ ਫਰਕ ਹੈ ਕਿਵੇਂ ਪੜ ਕੇ ਅਰਥ ਕਰੇਗਾ ਉਹ ਆਪਾਂ ਬਚਨ ਸਰਵਨ ਕਰਾਂਗੇ ਲੇਖ ਕਥੈ ਨਾ ਛੁਟੀ ਐ ਬਖਸ਼ਣ ਹਾਰ ਬਖਸ਼ ਲੈ ਮਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ